सत्संग जियो उन्हां महापुरशां दा सालाना याद समागम मनाया जा रहा है जिन्हां दा परमेश्वर नालों कोई भेद नहीं सी। जो पार ब्रह्म परमेश्वर विच समाए सन दशमेश पिता जी ने अपनी पवित्र बाणी विच असानू गुरमुखां गुरसिखां महापुरशां दे संबंध विच समझाया। हर जन हर सो मिलत है करत प्रेम की गाथ ज्यों डार्यो मिल जात है नीर नीर के साथ। ते जिन्हां ते गुरु की कृपा हुंदी ओ महापुरखां दा समागम मनांदे हन। जिन्हां दे भाग हुंदे ने ओ लाहा प्राप्त करदे हन। कबीर जी ने साडे वर्गे लोगों के संबंध में ही अपनी बाणी विच फरमाया, कबीर पाल समूहा सरवर भरा पी न सकै कोई नीर, भाग वड्डे तै पायो तू भर भर पियो कबीर। सलोक भगत कबीर के। इसलिए बहुत वारी जदों संगतां दीवान विचों एक एक करके उठदियां ने तां उहदा इहो ही भाव हुंदा, पी ना सकै कोई नीर। ते सारिआं नूं इह बख्शां नहीं प्राप्त हुंदियां जो महाराज संत सुजान सिंह जी नूं प्राप्त हुंदियां सन। हुण जदों समागमां ते जाईदा है ते पहलां बहुत सवाई संगत हुंदी। जिस वेले महाराज जी दे कीर्तन दा समां हुंदा है सारा पार्क भर जांदा है और संगतां दौड़ दौड़ के पहुँचदियां हैं। क्योंकि बहुत सारे महापुरुष इस समागम में शामिल होने वास्ते पहुँचे ने, शामिल हुए ने। किनका किनका ही प्रसाद मिल जावे तो काफ़ी है। बेनती करांगा क्योंकि टाली वाले महापुरुष भी आए ने, इन्हां दा दे पिता जी ने इन्हां दा आनंद कार्ज साडे डेरे ते कीता, अरदासा दास ने कीता। पर कदे कदे दर्शन हुंदे ने और वो लोग पहुँचे ने जिन्हां नूं गुरु साहब ने आर्मी दो तरीकों की भर्ती हुंदी, एक बेचारे सिपाही भर्ती हुंदे ने रिटायरमेंट वेले कोई हवालदार कोई जमादार रिटायर हो जाता है। साडे देश ते नहीं संसार दे सफल विदेश मंत्री सार सरन सिंह एम सी शागला जो मुसलमान परिवारों विचों सन उन्हां तो बाद सार सरन सिंह जी ने देश की जो सेवा की है। विदेश मंत्री तो हुण भी ने ते आउंदे रहणगे पर इन्हां दोनों शख्सियतों का मुकाबला नहीं। उन्हां दे पिता जी भी जमादार प्रताप सिंह श्रोमणी गुरद्वारा प्रबंधक कमेटी के प्रधान रहे ने। हुण तां लप्पे ही लगते ने जो आप अखबारां च पढ़दे। ते सरदार प्रताप सिंह जी जदों हरिमंदर साहब दफ्तर का काम नबेड़न वास्ते आते सन अपना घरों बिस्तरा लैके आना ते तीन चार दिन का प्रसादा
ਤਿਆਰ ਕਰਵਾ ਕੇ ਲੈ ਆਉਣਾ। ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦ ਹੀ ਨਹੀਂ ਛਕਣਾ। ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਲੰਗਰ ਵਿੱਚ ਮੁਸਤਾਨਗੀ ਆ ਗਈ। ਜਥੇਦਾਰ ਮੋਹਨ ਸਿੰਘ ਤੁਰ ਦੇ ਪਿਤਾ ਜੀ ਦਾ ਨੇੜੇ ਪਿੰਡ ਸੀ, ਸੇਵਾ ਕਰਦੇ ਸਨ। ਜਿੰਨੀ ਕੁ ਜ਼ਮੀਨ ਸੀ ਆਪਣੀ, ਉਹ ਸਾਰੀ ਧੰਨ ਗੁਰੂ ਅੰਗਦ ਦੇਵ ਜੀ ਦੇ ਲੰਗਰ ਕਰਵਾ ਦਿੱਤੀ। ਇਹ ਨਹੀਂ ਸੋਚਿਆ ਮੇਰੇ ਬੱਚੇ ਕੀ ਕਰਨਗੇ। ਅਤੇ ਹੁਣ ਤਾਂ ਤੁਹਾਨੂੰ ਪਤਾ ਹੀ ਹੈ, ਆ ਜਦੋਂ ਹੁਣ ਆਪਣੇ ਇਲੈਕਸ਼ਨ ਹੋਈ ਹੈ, ਥੋੜ੍ਹੇ ਦਿਨ ਪਹਿਲਾਂ ਮੈਂ ਸੁਭਾਸ਼ ਨਗਰ ਮੋੜ ਤੋਂ ਆਪਣੇ ਡੇਰੇ ਪੈਦਲ ਹੀ ਆ ਰਿਹਾ ਸੀ। ਜ਼ਿਆਦਾਤਰ ਮੈਂ ਮਾਨਸਰੋਵਰ ਗਾਰਡਨ ਜਾਣਾ ਹੋਵੇ, ਰਜੌਰੀ ਜਾਣਾ ਹੋਵੇ ਤਾਂ ਪੈਦਲ ਹੀ ਜਾਈਦਾ। ਨਾਲੇ ਜਪਜੀ ਸਾਹਿਬ ਦੇ ਇੱਕ ਦੋ ਪਾਠ ਹੋ ਜਾਂਦੇ ਨੇ, ਨਾਲੇ ਸੈਰ ਦੀ ਸੈਰ ਹੋ ਜਾਂਦੀ। ਤੋ ਚਾਰ ਪੰਜ ਬੱਚੇ ਛੋਟੇ, ਬਹੁਤ ਵੱਡੇ ਨਹੀਂ ਸਨ, ਕੋਈ 15 ਕੋਈ 20 ਸਾਲ ਕੋਈ 21 ਸਾਲ ਦਾ, ਕਹਿੰਦੇ ਆਪਾਂ ਵੀ ਇਲੈਕਸ਼ਨ ਲੜੀਏ। ਦੂਜਾ ਕਹਿੰਦਾ ਕਿਉਂ, ਅਖੇ ਜਲਦੀ ਅਮੀਰ ਬਣ ਜਾਵਾਂਗੇ, ਪਿਆਰ ਰੱਖੋ। ਆਓ ਹੁਣੇ ਹੁਣੇ ਪਾਵਨ ਪਵਿੱਤਰ ਗੁਰ ਸ਼ਬਦ ਹੈ। ਮੈਂ ਟੋਰਾਂਟੋ ਆਪਣੇ ਵਿਦਿਆ ਦਾਤੇ ਦੇ ਸੰਬੰਧ ਵਿੱਚ ਉਰਦੂ ਵਿੱਚ ਇੱਕ ਦੋ ਲਾਈਨਾਂ ਲਿਖੀਆਂ ਸਨ, ਉੱਥੋਂ ਸ਼ੁਰੂ ਕਰਾਂਗਾ। ਬੁਲਾਣੇ ਸੇ ਵੀ ਉਨਕੋ ਬੁਲਾਇਆ ਨਹੀਂ ਜਾਤਾ, ਉਨਕੀ ਹਸੀਂ ਯਾਦੋਂ ਕਾ ਸਾਇਆ ਨਹੀਂ ਜਾਤਾ। ਮੈਨੂੰ ਆਵਾਜ਼ ਦੇ ਕੇ ਪਾਸ ਬੁਲਾ ਕੇ ਫਰਮਾਇਓ ਨੇ, ਭੁਜੰਗੀਆ ਤੁਸੀਂ ਵਿਦਵਾਨਾਂ ਦੀਆਂ ਲਿਖਤਾਂ ਪੜ੍ਹਦੇ ਹੋ, ਬਾਣੀ ਬਿਓਰਾ ਪੜ੍ਹਦੇ ਹੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਕ ਇੱਕ ਗੁਰੂ ਸਾਹਿਬ ਦੇ ਭਗਤਾਂ ਦੇ ਕਿੰਨੇ ਕਿੰਨੇ ਸ਼ਬਦ ਨੇ, ਪਰ ਆਪ ਵੀ ਤਾਂ ਮਿਹਨਤ ਕਰੋ, ਆਪ ਗਿਣਤੀ ਕਰੋ ਉਹਨਾਂ ਦੇ ਹੁਕਮ ਮੁਤਾਬਿਕ। ਬਿਲਾਵਲ ਰਾਗ ਵਿੱਚ 125 ਸ਼ਬਦ ਨੇ ਗੁਰੂ ਅਰਜਨ ਦੇਵ ਜੀ ਦੇ, ਅਤੇ ਇੱਕ ਸ਼ਬਦ ਇਹ ਦੂਹਰਾ ਸਮਾਗਮ ਹੈ। ਇਹ ਦੂਹਰਾ ਸਮਾਗਮ ਹੈ ਧੰਨ ਧੰਨ ਬਾਬਾ ਨਾਨ ਸਿੰਘ ਜੀ ਦਾ, ਗੁਰੂ ਪਿਆਰੇ ਗੁਰੂ ਸਵਾਰੇ ਸੰਤ ਸਵਰਨ ਸਿੰਘ ਜੀ ਦਾ, ਇਹ ਵੀ ਉਹਨਾਂ ਦੀ ਸੇਵਾ ਅਤੇ ਕਮਾਈ ਹੈ। ਵਰਨਾ ਵੱਡੇ ਵੱਡੇ ਲੋਕਾਂ ਦਾ ਦਿਨ ਅੱਜ ਕੱਲ੍ਹ ਕੋਈ ਨਹੀਂ ਮਨਾਉਂਦਾ, ਅਤੇ ਕਹਿੰਦੇ ਨੇ ਅੱਜ ਕੱਲ੍ਹ ਟਾਈਮ ਕੋਈ ਨਹੀਂ, ਅੱਜ ਕੱਲ੍ਹ ਵਕਤ ਕੋਈ ਨਹੀਂ। ਤੋ ਗੁਰੂ ਕਿਰਪਾ ਕਰੇ, ਆਪ ਜੀ ਦਾ ਜ਼ਿਆਦਾ ਸਮਾਂ ਨਹੀਂ ਲਵਾਂਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਸ੍ਰੀ ਹਰਗੋਬਿੰਦਪੁਰ ਦੀ ਫਤਿਹ ਉਪਰੰਤ ਗੁਰੂ ਨਾਨਕ ਦੇਵ ਜੀ ਦੇ ਦਰ ਕਰਦਾ ਕੈਸਾ ਆਦਰਸ਼ ਹੈ, ਕੈਸਾ ਸਿਧਾਂਤ ਹੈ। ਜਿਹੜੇ ਯੁੱਧ ਵਿੱਚ ਆਏ ਸਨ ਹਜ਼ੂਰ ਨੂੰ ਖਤਮ ਕਰਨ ਵਾਸਤੇ, ਉਹਨਾਂ ਦੇ ਸਰੀਰ ਵੀ ਨਾ ਰੁਲਣ, ਉਹਨਾਂ ਦੀਆਂ ਲੋਥਾਂ ਰੁਲਣ ਤੋਂ ਬਚਾਉਣ ਵਾਸਤੇ ਵੀ ਵੱਡੇ ਵੱਡੇ ਟੋਏ ਖੁਦਵਾ ਕੇ, ਉਹਨਾਂ ਦੇ ਸਰੀਰ ਰਖਵਾ ਕੇ ਮਿੱਟੀ ਪਵਾ ਦਿੱਤੀ ਅਤੇ ਉੱਚਾ ਥੜਾ ਬਣਾ ਦਿੱਤਾ। ਉਹਨੂੰ ਦਮਦਮਾ, ਗੁਰੂ ਕੀ ਭਾਸ਼ਾ ਸਿੱਖੀ ਦੀ ਭਾਸ਼ਾ ਵਿੱਚ ਦਮਦਮਾ ਕਹਿੰਦੇ। ਹਜ਼ੂਰ ਆਪ ਸੁਸ਼ੋਭਿਤ ਹੋਏ, ਸ਼ਾਮ ਦਾ ਦੀਵਾਨ ਸਜਿਆ ਅਤੇ ਹਜ਼ੂਰ ਨੇ ਫਰਮਾਇਆ, ਕੋਈ ਸਿੱਖ ਮੈਨੂੰ ਜਪਜੀ ਦਾ ਸ਼ੁੱਧ ਪਾਠ ਸੁਣਾਵੇ। ਹੁਣ ਗੁਰੂ ਸਾਹਿਬ ਫੁਰਮਾਨ ਤਾਂ ਬਹੁਤ, ਕਿਹਦੀ ਜ਼ੁਰਤ ਹੋਵੇ, ਕਿਹਦਾ ਹੌਸਲਾ ਪਵੇ ਕਿ ਮੈਂ ਇਹ ਦਾਅਵਾ ਕਰ ਸਕਾਂ ਕਿ ਮੈਂ ਸ਼ੁੱਧ ਪਾਠ ਕਰਾਵਾਂ। ਮਹਾਂਪੁਰਸ਼ ਜਦੋਂ ਫੁਰਮਾਉਂਦੇ, ਭੁਜੰਗੀਆ ਖੜ੍ਹਾ ਹੋ, ਮਤਲਬ ਟ੍ਰੇਨਿੰਗ ਦੇਣ ਲਈ ਵੀ ਕੁਝ ਸੁਣਾ, ਹੱਥ ਵੀ ਕੰਬਣੇ ਅਤੇ ਪੈਰ ਵੀ ਕੰਬਣੇ, ਪਰ ਖੜ੍ਹੇ ਹੋ ਜਾ। ਹੌਸਲਾ ਨਹੀਂ ਸੀ ਪੈਂਦਾ,
ਉਹਨਾਂ ਦੇ ਸਾਹਮਣੇ ਕੁਝ ਕਹਿਣ ਦਾ ਕਿਹਦੀ ਜ਼ਰੂਰਤ ਪਵੇ ਤੇ ਸਾਹਿਬ ਨੇ ਫਰਮਾਇਆ ਬਈ ਮੈਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਓ। ਫਿਰ ਖਾਮੋਸ਼ੀ ਛਾ ਗਈ, ਕੋਈ ਸਾਹਮਣੇ ਨਾ ਆਇਆ ਤੇ ਤੀਸਰੀ ਵਾਰੀ ਫਿਰ ਫਰਮਾਇਆ ਮੈਨੂੰ ਤੁਹਾਡੇ ਵਿੱਚੋਂ ਕੋਈ ਸ਼ੁੱਧ ਜਪਜੀ ਦਾ ਪਾਠ ਸੁਣਾ ਦੇ। ਭਾਈ ਗੁਰਦਾਸ ਜੀ ਨੇ ਉਸ ਸਿੱਖ ਦਾ ਨਾਮ ਭਾਈ ਗੋਪਾਲਾ ਲਿਖਿਆ। ਉਹ ਸਾਹਮਣੇ ਆਇਆ, ਹੱਥ ਜੋੜੇ ਬੇਨਤੀ ਕੀਤੀ, ਸ਼ੁੱਧ ਤਾਂ ਆਪ ਹੀ ਕਰਵਾਓਗੇ ਪਰ ਮੈਨੂੰ ਆਗਿਆ ਬਖਸ਼ੋ, ਮੈਂ ਆਪ ਜੀ ਨੂੰ ਪਾਠ ਸੁਣਾ। ਹਜ਼ੂਰ ਨੇ ਆਪਣੇ ਪਾਸ ਸਿੰਘਾਸਨ 'ਤੇ ਬੈਠਾ ਲਿਆ। ਜਪਜੀ ਸਾਹਿਬ ਦਾ ਪਾਠ ਆਰੰਭ ਹੋਇਆ। ਜਦੋਂ ਖਾਲੀ ਸਲੋਕ ਰਹਿ ਗਿਆ, ਮਨ ਵਿੱਚ ਖਿਆਲ ਆਇਆ ਕਿ ਸਤਿਗੁਰੂ ਉਹ ਸੁਨਹਿਰੀ ਮੁੱਠ ਵਾਲੀ ਸ੍ਰੀ ਸਾਹਿਬ ਕਿਰਪਾਨ ਅਤੇ ਸੁਨਹਿਰੀ ਸੋਨੇ ਦੀ ਬਣੀ ਹੋਈ ਕਾਠੀ ਵਾਲਾ ਉਹ ਘੋੜਾ ਦੇ ਦੇਣ ਤਾਂ ਕਿਤਨਾ ਅੱਛਾ ਹੋਵੇ। ਇੱਥੇ ਅਰਜ਼ ਕਰਨੀ ਚਾਹਾਂਗਾ, ਅੱਜ ਕੱਲ੍ਹ ਤੁਸੀਂ ਅਖਬਾਰਾਂ ਵਿੱਚ ਸੁਣਦੇ ਹੋ ਕਿ ਆਖਿਆ ਅਸੀਂ ਗੁਰੂ ਗ੍ਰੰਥ ਸਾਹਿਬ ਸੋਨੇ ਦਾ ਭੇਟ ਕਰਨਾ। ਸਾਡੇ ਪਾਸ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ ਦਾ ਗੁਰੂ ਗ੍ਰੰਥ ਸਾਹਿਬ ਹੈ, ਕੋਈ ਸੋਨੇ ਦੀ ਜਿਲਦ ਨਹੀਂ ਹੈ। ਕਲਗੀਧਰ ਪਾਤਸ਼ਾਹ ਦੇ ਸਮੇਂ ਦੇ ਉਹਨਾਂ ਦੇ ਹਜ਼ੂਰੀ ਦੀਵਾਨ ਭਾਈ ਹਰਦਾਸ ਸਿੰਘ ਜੀ ਦੀ ਲਿਖਤ ਦਾ ਇੱਕ ਗੁਰੂ ਗ੍ਰੰਥ ਸਾਹਿਬ ਹੈ, ਜਿਸ ਦੀ ਬੀੜ ਜਿਲਦ ਸੋਨੇ ਦੀ ਨਹੀਂ। ਭਾਈ ਕੇਸਰ ਸਿੰਘ ਜੀ ਸ਼ਿਬਰ ਦੇ ਬੰਸਾਵਲੀ ਨਾਮੇ ਮੁਤਾਬਿਕ ਜੋ ਮਾਤਾ ਗੁਜਰੀ ਜੀ ਦੀ ਪਰਵਰਿਸ਼ ਸਨ, ਜਿਨ੍ਹਾਂ ਨੂੰ ਮਾਤਾ ਖਿਮਾ ਕਰਨਾ ਮਾਤਾ ਸੁੰਦਰੀ ਜੀ ਨੇ ਪਾਲਿਆ ਸੀ, ਜਿਨ੍ਹਾਂ ਨੂੰ ਮਾਤਾ ਸੁੰਦਰੀ ਜੀ ਨੇ ਪਾਲਿਆ ਉਸ ਮੌਕੇ ਉਹਨਾਂ ਨੇ ਜੋ ਇਤਿਹਾਸ ਲਿਖਿਆ ਹੈ, ਉਹਨਾਂ ਨੇ ਲਿਖਿਆ ਹੈ ਸੁਨਹਿਰੀ ਕੱਪੜਾ। ਆਹ ਬੱਚੀਆਂ ਕੱਪੜੇ ਪਾਉਂਦੀਆਂ ਨੇ, ਕਈ ਕਈ ਝਿਲਮਿਲ ਝਿਲਮਿਲ ਕਰਦੇ ਨੇ, ਉਹਨੂੰ ਜ਼ਰੀ ਵਾਲਾ ਕੱਪੜਾ ਕਹਿੰਦੇ ਨੇ। ਉਸ ਵਕਤ ਸੋਨੇ ਦੀਆਂ ਤਾਰਾਂ ਵਾਲੇ ਕੱਪੜੇ ਨੂੰ ਜ਼ਰੀ ਬਾਦਲੇ ਦਾ ਕੱਪੜਾ ਕਹਿੰਦੇ ਸਨ। ਭਾਈ ਕੇਸਰ ਸਿੰਘ ਜੀ ਸ਼ਿਬਰ ਨੇ ਲਿਖਿਆ ਹੈ ਕਿ ਜ਼ਰੀ ਬਾਦਲੇ ਦਾ ਸੋਨੇ ਦੀਆਂ ਤਾਰਾਂ ਵਾਲਾ 3 ਕਰੋੜ ਦਾ ਕੱਪੜਾ ਦਸ਼ਮੇਸ਼ ਪਿਤਾ ਜੀ ਨੇ ਸਤਲੁਜ ਵਿੱਚ ਰੋੜ ਦਿੱਤਾ ਤੇ ਅੱਜ ਦਾ 3 ਕਰੋੜ ਕਿਤਨੇ ਅਰਬ ਹੋਵੇਗਾ। ਇਹੋ ਜਿਹੀਆਂ ਚੀਜ਼ਾਂ ਸਤਿਗੁਰੂ ਨੇ ਪ੍ਰਵਾਨ ਨਹੀਂ ਕੀਤਾ। ਨਾ ਤਾਂ ਇਤਿਹਾਸ ਵਿੱਚ ਆਉਂਦਾ ਹੈ ਕਿ ਉਹਨਾਂ ਨੇ ਸੋਨੇ ਦੀ ਜਿਲਦ ਬਣਾਈ ਪੋਥੀ ਸਾਹਿਬ ਦੀ, ਨਾ ਕੋਈ ਐਸਾ ਸਰੂਪ ਮਿਲਦਾ ਹੈ, ਕਿਉਂਕਿ ਜਦੋਂ ਨਾਮ ਉਹ ਕਈ ਵਾਰੀ ਇਹ ਘਟਨਾਵਾਂ ਆਉਂਦੀਆਂ ਨੇ ਅਤੇ ਮਿਲਦੀਆਂ ਨੇ। ਕੁਝ ਮਾਤਾਵਾਂ ਬੱਚਿਆਂ ਦੇ ਨਾਂ 'ਤੇ ਆਪਣੇ ਖਾਣ ਪੀਣ ਦਾ ਸਮਾਨ ਵੀ ਨਾਲ ਹੀ ਤਿਆਰ ਕਰ ਲੈਂਦੀਆਂ, ਕਿਉਂਕਿ ਲੱਪੇ ਲੱਗਣਗੇ, ਕਿਸੇ ਨੇ ਕੋਈ ਪੁੱਛਣਾ ਤਾਂ ਹੈ ਨਹੀਂ ਵੀ ਕਿਤਨਾ ਆਇਆ ਅਤੇ ਕਿਤਨਾ ਲੱਗਾ। ਖਿਆਲ ਕਰੋ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਾਂ ਇਹ ਫਰਮਾਇਆ ਕੋੜ ਸੋਇਨਾ ਕੂੜ ਰੁੱਪਾ ਕੂੜ ਰੂਪ ਅਪਾਰ ਸਾਰਾਸਾ ਮਹੱਲਾ ਪਹਿਲਾ। ਸੁਨਹਿਰੀ ਚੌਰ ਮਿਲਦੇ ਨੇ, ਸਤਿਗੁਰੂ ਰਾਮਦਾਸ ਜੀ ਦੇ ਸੀਸ ਉੱਪਰ ਚਲਾਏ ਜਾਂਦੇ ਨੇ। ਪਹਿਲਾਂ ਤਾਂ ਕੀਰਤਨੀਏ ਸਨ, ਕੀਰਤਨੀਏ ਦੇ ਘਰਾਣੇ 'ਚੋਂ ਦਲੇਰ ਮਹਿੰਦੀ ਜੀ, ਉਹਨਾਂ ਨੇ ਸੁਨਹਿਰੀ ਮੁੱਠ ਵਾਲਾ ਚੌਰ ਸਤਿਗੁਰੂ ਜੀ ਵਾਸਤੇ ਭੇਟ ਕੀਤਾ ਹੈ, ਸਤਿਕਾਰ ਹੈ ਸਨਮਾਨ ਹੈ। ਪਰ ਸੋਨੇ ਦੀਆਂ ਜਿਲਦਾਂ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦਾ ਦਿਨ ਮਨਾ ਰਹੇ ਹੋ, ਧੰਨ ਸਨ ਉਹ, ਕਿਤਨੇ ਨਰਮ ਵਸਤਰ ਗੁਰੂ ਗ੍ਰੰਥ ਸਾਹਿਬ ਨੂੰ ਭੇਟ ਕਰ। ਇਸ ਮੌਸਮ ਵਿੱਚ
ਉੱਥੇ ਨਾਨਕ ਸਰ ਇੱਕ ਅਸਥਾਨ ਦਾ ਨਾਮ ਹੈ ਸਰਦਖਾਨਾ ਅਤੇ ਉੱਥੋਂ ਦੇ ਮਹਾਂਪੁਰਸ਼ ਅਤੇ ਮਹਾਰਾਜ ਜੀ ਦੱਸਦੇ ਸਨ ਕਿ ਜਦੋਂ ਗਰਮੀ ਦਾ ਮੌਸਮ ਹੁੰਦਾ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਉਸ ਕਮਰੇ ਵਿੱਚ ਬਿਰਾਜਮਾਨ ਕਰਵਾ ਕੇ ਪਾਣੀ ਦਾ ਛਿੜਕਾਓ ਹੁੰਦਾ ਰਹਿੰਦਾ ਔਰ ਨਾਲ ਆਪ ਪੱਖਾ ਕਰਦੇ ਰਹਿੰਦੇ ਪਿਆਲਾ ਖੂਸ਼ ਧੰਨ ਬਾਬਾ ਨਾਮ ਸਿੰਘ ਜੀ ਧੰਨ ਸੰਤ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ ਸਾਰੀ ਸਾਰੀ ਰਾਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੱਖਾ ਕਰਦੇ ਰਹਿੰਦੇ ਸਨ ਭਾਈ ਸਾਹਿਬ ਬਹਿ ਜਾਓ ਪਿਆਲਾ ਖੂਸ਼ ਸ਼੍ਰੀ ਵਾਹ ਕੋਈ ਮੰਤਰ ਮੰਤਰ ਪੜ੍ਹਨਾ ਹੋਣਾ ਪਿਆਲਾ ਖੂਸ਼ ਉੱਧਰ ਦੀ ਖਿੱਚ ਹੈ ਧੰਨ ਬਾਬਾ ਨਾਮ ਸਿੰਘ ਜੀ ਧੰਨ ਸੰਤ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ ਜਿਨ੍ਹਾਂ ਦਾ ਅਸਥਾਨ ਕਾਨਪੁਰ ਵਿੱਚ ਹੈ ਸਾਰੀ ਸਾਰੀ ਰਾਤ ਇਹ ਸ਼ਖਸੀਅਤਾਂ ਗੁਰੂ ਸਾਹਿਬ ਨੂੰ ਪੱਖਾ ਕਰਦੀਆਂ ਰਹਿੰਦੀਆਂ ਸਨ ਤੋ ਬੇਨਤੀ ਕਰ ਰਹੇ ਸਾਂ ਸਿੱਖ ਦੇ ਮਨ ਵਿੱਚ ਇੱਛਾ ਪੈਦਾ ਹੋਈ ਉਹ ਸੋਨੇ ਦੀ ਕਾਠੀ ਵਾਲਾ ਘੋੜਾ ਅਤੇ ਸੋਨੇ ਦੀ ਮੁੱਠ ਵਾਲੀ ਸ਼੍ਰੀ ਸਾਹਿਬ ਕਿਰਪਾਨ ਗੁਰੂ ਸਾਹਿਬ ਮੈਨੂੰ ਬਖਸ਼ਿਸ਼ ਕਰ ਦੇਣ ਤਾਂ ਵੱਡੀ ਗੱਲ ਹੈ ਹਜ਼ੂਰ ਨੇ ਚਰਨ ਫਿਰ ਸਿੰਘਾਸਨ ਉੱਪਰ ਰੱਖ ਲਈ ਅਤੇ ਪਾਠ ਦੀ ਸਮਾਪਤੀ ਹੋਈ ਅਤੇ ਫਰਮਾਇਓ ਨੇ ਮੈਂ ਤਾਂ ਤੈਨੂੰ ਆਪਣੇ ਵਿੱਚ ਹੀ ਅਭੇਦ ਕਰਨਾ ਚਾਹੁੰਦਾ ਸਾਂ ਮੇਰੇ ਪਾਸ ਲੋਕ ਅਤੇ ਪ੍ਰਲੋਕ ਵਿੱਚ ਸ਼ੁੱਧ ਪਾਠ ਦੀ ਕੋਈ ਭੇਟਾ ਨਹੀਂ ਇਹ ਗੁਰੂ ਨਾਨਕ ਦੇਵ ਜੀ ਦੀ ਗੁਰਿਆਈ ਗੱਦੀ ਸੀ ਮੈਂ ਉਹ ਤੈਨੂੰ ਭੇਟ ਕਰਨ ਲੱਗਾ ਸਾਂ ਪਰ ਹੁਣ ਜੋ ਤੇਰੇ ਅੰਦਰ ਇੱਛਾ ਪੈਦਾ ਹੋਈ ਹੈ ਉਹ ਵੀ ਮਿਲੇਗਾ ਪਰ ਸਰੀਰ ਦਾ ਤਿਆਗ ਕਰਕੇ ਸਾਡੇ ਵਿੱਚ ਸਮਾ ਜਾਵੇਗਾ ਗੁਰਬਾਣੀ ਦਾ ਸ਼ੁੱਧ ਪਾਠ ਦਾ ਇਹ ਮਹੱਤਵ ਹੈ ਅਸੀਂ ਕਿਉਂ ਆਏ ਹਾਂ ਕਿਉਂ ਪਿਆਰ ਕਰਦੇ ਹਾਂ ਕਿਉਂ ਸਤਿਕਾਰ ਕਰਦੇ ਹਾਂ ਕਿਉਂਕਿ ਮੈਨੂੰ ਤੁਸੀਂ ਪੜ੍ਹਾਇਆ ਹੈ ਤੁਹਾਡੇ ਜੂਠੇ ਟੁਕੜੇ ਖਾ ਕੇ ਅਸੀਂ ਪਲੇ ਹਾਂ ਤੁਹਾਡੇ ਨਵੇਂ ਪੁਰਾਣੇ ਵਸਤਰ ਪਹਿਨ ਕੇ ਸਰੀਰ ਕੱਜਦੇ ਰਹੇ ਹਾਂ ਹੁਣ ਵੀ ਕੱਜਦੇ ਹਾਂ ਆ ਜੋ ਮੈਂ ਚੋਗਾ ਪਾਇਆ ਹੋਇਆ ਹੈ ਇਹ ਤੁਹਾਡੇ ਸ਼ਾਮ ਨਗਰ ਦੇ ਗ੍ਰੰਥੀ ਸਿੰਘ ਨੇ ਉਤਾਰ ਕੇ ਦਿੱਤਾ ਸੀ ਡੇਰੇ 'ਤੇ ਰਹਿਣ ਵਾਲੇ ਵਿਦਿਆਰਥੀਆਂ ਵਾਸਤੇ ਮੇਰੇ ਵਿਦਿਆ ਦਾ ਤਾਂ ਸਾਨੂੰ ਕਹਿੰਦੇ ਹੁੰਦੇ ਸਨ ਇਹ ਤਾਂ ਕਲਗੀਧਰ ਦੇ ਲਾਲ ਨੇ ਇਸ ਕਰਕੇ ਉਹਨਾਂ ਨੂੰ ਦੇਣ ਦੀ ਬਜਾਏ ਆਪ ਧੋ ਕੇ ਪਾ ਲਈ ਭਾਈ ਮਨੀ ਸਿੰਘ ਸਾਹਿਬ ਦੇ ਸ਼ਬਦ ਨੇ ਜੋ ਉਹਨਾਂ ਨੇ ਸਿੱਖਾਂ ਦੀ ਭਗਤ ਮਾਲਾ ਲਿਖੀ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਜੋ ਪ੍ਰਮੁੱਖ ਸਿੱਖ ਸਨ ਉਹਨਾਂ ਦੇ ਨਾਂ ਭਾਈ ਗੁਰਦਾਸ ਜੀ ਨੇ 11ਵੀਂ ਵਾਰ ਵਿੱਚ ਲਿਖੇ ਨੇ ਅਤੇ ਭਾਈ ਮਨੀ ਸਿੰਘ ਜੀ ਨੇ ਉਹਨਾਂ ਦੀ ਕਥਾ ਲਿਖੀ ਹੈ ਕਿ ਭਾਈ ਸਾਹਿਬ ਨੇ ਉਹਨਾਂ ਦੇ ਨਾਮ ਕਿਉਂ ਲਿਖੇ ਅਤੇ ਉਹਨਾਂ ਦੇ ਸ਼ਬਦ ਨੇ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਸਾਦਾ ਲੰਗਰ ਤਿਆਰ ਕਰ ਅਤੇ ਨਾਲ ਇੱਕ ਮਿਸਾਲ ਦੇ ਕੇ ਸਮਝਾਇਆ ਕਿ ਤੰਦੂਰ ਅਤੇ ਪ੍ਰਸ਼ਾਦੀਆਂ ਪ੍ਰਸ਼ਾਦੇ ਬਣਾਉਣੇ ਨੇ ਭਾਵੇਂ ਚੰਦਨ ਦੀ ਲੱਕੜੀ ਬਾਲ ਦਿਓ ਅਤੇ ਭਾਵੇਂ ਸਾਧਾਰਨ ਲੱਕੜੀ ਬਾਲ ਦਿਓ ਭਾਈ ਸਾਹਿਬ ਦੇ ਸ਼ਬਦ ਨੇ ਕਿ ਮਕਸਦ ਤਾਂ ਹੁੰਦਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਇਸ ਪੇਟ ਦੇ ਤੰਦੂਰ ਨੂੰ ਭਾਵੇਂ ਕੁਣਕਾ ਖਾ ਜਾਏ ਅਤੇ ਜਾਂ ਸਿੱਧੀ ਰੁੱਖੀ ਸੁੱਕੀ ਖਾਏ ਕਰ ਸਲੋਕ ਸੇਖ ਫਰੀਦ ਬੇਨਤੀ ਕਰ ਰਹੇ ਸਾਂ ਵਿਚਾਰ ਕਰ ਰਹੇ ਸਾਂ ਸਤਿਗੁਰੂ ਨੇ ਬਾਣੀ ਦੀ ਭੇਟਾ ਬਾਣੀ ਦਾ ਸ਼ੁੱਧ ਪਾਠ ਕਰਨ ਵਾਲਿਆਂ ਤੋਂ ਬੇਨਤੀ ਕਰ ਰਹੇ ਸਾਂ ਜਿਸ ਵੇਲੇ ਰਾਮ ਜੀ ਤੁਸੀਂ ਪੜ੍ਹੇ ਲਿਖੇ ਹੋ ਅੱਜ ਕੱਲ੍ਹ ਨਵੀਂ ਪੀੜ੍ਹੀ ਬੱਚੇ ਬੱਚੀਆਂ ਸਾਡੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਜਦੋਂ ਰਾਮ ਜੀ ਵਾਪਸ ਅਯੁੱਧਿਆ ਪਰਤੇ ਅਜੇ ਮਹਿਲਾਂ ਵਿੱਚ ਨਹੀਂ ਸਨ ਆਏ ਸਰਜੂ ਨਦੀ ਦੇ ਕਿਨਾਰੇ 'ਤੇ ਹੀ ਸਨ ਤਾਂ ਉਸ ਵੇਲੇ ਮਹਾਰਾਜ ਵਿਸ਼ਿਸ਼ਟ ਵੀ ਉਹਨਾਂ ਦੀ ਅਗਵਾਨੀ ਕਰਨ ਵਾਸਤੇ ਪਹੁੰਚੇ ਹੋਏ ਸਨ ਤਾਂ ਰਾਮ ਜੀ ਨੇ ਪਹੁੰਚੇ ਹੋਏ ਲੋਕਾਂ ਨੂੰ ਮੁਖਾਤਬ ਕਰਕੇ ਆਖਿਆ ਕਿ ਪਿਆਰਿਓ
ਵਿਸ਼ਿਸ਼ਟ ਵਰਗਾ ਆਤਮ ਵੇਤਾ ਇਸ ਵੇਲੇ ਸੰਸਾਰ ਵਿੱਚ ਕੋਈ। ਤੁਲਸੀਦਾਸ ਰਮਾਇਣ ਬੇਨਤੀ ਕਰ ਰਹੇ ਸਾਂ। ਮਹਾਂਭਾਰਤ ਬੜਾ ਵੱਡਾ ਗ੍ਰੰਥ ਹੈ, ਵਿਦਵਾਨਾਂ ਨੇ ਲਿਖਿਆ ਹੈ। ਜਦੋਂ ਵਿਆਸ ਜੀ ਨੇ ਲਿਖਿਆ ਸੀ ਉਹਦਾ 7 ਮਣ ਪੱਕਾ ਵਜ਼ਨ ਸੀ ਅਤੇ 3 ਸਾਲਾਂ ਵਿੱਚ ਉਹਨਾਂ ਨੇ ਲਿਖਿਆ। ਬੇਨਤੀ ਕਰ ਰਹੇ ਸਾਂ 3 ਸਾਲਾਂ ਵਿੱਚ ਲਿਖਿਆ 7 ਮਣ ਵਜ਼ਨ। ਉਹਦੇ ਵਿੱਚ ਜਦੋਂ ਆਪਣੇ ਸ਼ਾਗਿਰਦਾਂ ਦੀ ਪ੍ਰੀਖਿਆ ਲਿੱਤੀ, ਲੋਕਾਂ ਦੇ ਸਾਹਮਣੇ ਸ਼ਸਤਰ ਵਿੱਦਿਆ ਦਾ ਪ੍ਰਗਟਾਵਾ ਕੀਤਾ ਤਾਂ ਅਰਜਨ ਦਾ 1 ਨੰਬਰ ਸੀ ਮਹਾਂਭਾਰਤ ਮਹਾਰਾਜ ਵਿਆਸ। ਤਾਂ ਉਸ ਵੇਲੇ ਦਰੋਣਾਚਾਰੀਆ ਨੇ ਆਖਿਆ ਸੀ ਇਸ ਵੇਲੇ ਇਸ ਸਮੇਂ ਅਰਜਨ ਦੇ ਮੁਕਾਬਲੇ ਦਾ ਕੋਈ ਵੀ ਦੂਸਰਾ ਸੂਰਮਾ ਨਹੀਂ ਹੈ। ਅਤੇ ਅਸੀਂ ਬੇਨਤੀ ਕਰਦੇ ਹਾਂ ਆਪਣੇ ਸਮੇਂ ਵਿੱਚ ਹੀ ਨਹੀਂ ਹੁਣ ਤੱਕ ਵੀ ਬਾਬੇ ਨੰਦ ਸਿੰਘ ਵਰਗਾ ਕੋਈ ਤਿਆਗੀ ਕੋਈ ਬ੍ਰਹਮ ਗਿਆਨੀ ਵਿਖਾਈ ਨਹੀਂ ਦਿੰਦਾ, ਨਹੀਂ ਨਜ਼ਰ ਆਉਂਦਾ। ਇੱਥੇ ਇੱਕ ਅਰਜ਼ ਜ਼ਰੂਰ ਕਰਨੀ ਚਾਹਾਂਗਾ, ਆਪਣੇ ਘਰ ਦੀ ਗੱਲ ਵੀ ਕਰੀਏ। ਬਾਬਾ ਜੀ ਪਿੰਡਰੀ ਗਏ ਕਿਉਂਕਿ ਸਭ ਤੋਂ ਪਹਿਲਾਂ 127 ਅਖੰਡ ਪਾਠ ਪਿੰਡਰੀ ਹੋਏ ਸਨ ਅਤੇ ਬਾਬਾ ਜੀ ਨੇ ਸੰਗਤਾਂ ਵੱਲੋਂ ਭੇਟਾ ਚੜ੍ਹਨ ਤੋਂ ਮਹਾਂਪੁਰਸ਼ਾਂ ਨੂੰ ਕਿਹਾ ਸੀ ਮਾਇਆ ਦਾ ਤਿਆਗ ਕਰ। ਭਾਵੇਂ ਉਹ ਸਮਾਗਮ ਮਾਇਆ ਵਾਸਤੇ ਨਹੀਂ ਸੀ ਪਰ ਸਹਿਜੇ ਸੰਗਤਾਂ ਆ ਰਹੀਆਂ ਸਨ ਅਤੇ ਭੇਟਾ ਕਰ ਰਹੀਆਂ ਸਨ ਅਤੇ ਬਾਬਾ ਜੀ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਸਨ ਹੁੰਦੇ। ਜਥੇਦਾਰ ਗੁਰਦਿਆਲ ਸਿੰਘ ਜੀ ਸੰਤ ਸੁੰਦਰ ਸਿੰਘ ਜੀ ਦੇ ਵੱਡੇ ਵਿਦਿਆਰਥੀ ਉਸੇ ਕਾਲਜ ਵਿੱਚ ਪੜ੍ਹੇ ਸਨ ਇੰਗਲੈਂਡ ਜਿੱਥੇ ਪੰਡਿਤ ਜਵਾਹਰ ਲਾਲ ਪੜ੍ਹੇ। ਉਹੀ ਤਾਲੀਮ ਉਹਨਾਂ ਨੇ ਉੱਥੇ ਪ੍ਰਾਪਤ ਕੀਤੀ ਸੀ ਜੋ ਪੰਡਿਤ ਜਵਾਹਰ ਲਾਲ ਜੀ ਨੇ ਪ੍ਰਾਪਤ ਕੀਤੀ ਸੀ। ਉਹ ਬਾਜ਼ਾਰ ਛੱਡ ਕੇ ਫਕੀਰ ਬਣੇ ਸਨ ਇਸ ਲਈ ਬਾਬਾ ਜੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ। ਉਹਨਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਅਤੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਬਾਬਾ ਜੀ ਪਿੰਡਰੀ ਚਲੇ ਗਏ ਅਤੇ ਮਾਇਆ ਦੇ ਤਿਆਗ ਦਾ ਉਪਦੇਸ਼। ਅੱਜ ਬਾਬਾ ਜੀ ਦਾ ਬਚਨ ਸਫਲ ਹੋ ਰਿਹਾ। ਅੱਜ ਸਿੱਖ ਸਾਧੂਆਂ ਵਿੱਚ ਜੋ ਵਿਦਵਾਨ ਵੀ ਹੋਵੇ ਜੋ ਜਪੀ ਵੀ ਹੋਵੇ ਜੋ ਤਪੀ ਵੀ ਹੋਵੇ, ਜੇ ਕਿਸੇ ਨੇ ਸਿੱਖ ਸਾਧੂਆਂ ਵਿੱਚ ਅੱਜ ਕੋਈ ਤਿਆਗੀ ਸਾਧੂ ਦੇਖਣਾ ਤਾਂ ਉਹ ਬਾਬੇ ਨੰਦ ਸਿੰਘ ਜੀ ਦੀ ਇੱਛਾ ਮੁਤਾਬਕ ਪਿੰਡਰਾਂ ਦੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਕੋਈ ਵੀ ਜਾ ਕੇ ਦੇਖ ਸਕਦਾ, ਕੋਈ ਵੀ ਤੱਕ ਸਕਦਾ। ਪਿਛਲੇ ਸਾਲ ਅਸੀਂ ਕਪੂਰਥਲਾ ਕਥਾ ਕਰਨੀ ਸੀ, ਮੈਂ ਕਿਹਾ ਨਾਲੇ ਦਰਸ਼ਨ ਕਿਉਂਕਿ ਅਸੀਂ ਉਹਨਾਂ ਦੇ ਵੀ ਵਿਦਿਆਰਥੀ। ਸੰਤ ਕਰਤਾਰ ਸਿੰਘ ਜੀ ਮਹਿਤੇ ਵਾਲਿਆਂ ਸਮੇਤ ਜਿੰਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਵਿਦਵਾਨ ਵਿਦਿਆਰਥੀ ਨੇ ਉਹ ਮੌਜੂਦਾ ਮਹਾਂਪੁਰਸ਼ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਦੇ ਵਿਦਿਆਰਥੀ ਵੀ ਹਨ, ਕਿਉਂਕਿ ਸਾਰਿਆਂ ਨੇ ਸੰਸਕ੍ਰਿਤ ਦੀ ਵਿੱਦਿਆ ਵੱਡਿਆਂ ਮਹਾਂਪੁਰਸ਼ਾਂ ਦੇ ਹੁਕਮ ਮੁਤਾਬਕ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਤੋਂ ਪੜ੍ਹੀ। ਬੇਨਤੀ ਕਰ ਰਹੇ ਸਾਂ, ਵਿਚਾਰ ਕਰ ਰਹੇ ਸਾਂ, ਮੈਂ ਕਿਹਾ ਨਾਲੇ ਦਰਸ਼ਨ ਕਰ ਜਾਂਦੇ ਹਾਂ, ਧਰਮਕੋਟ ਦੇ ਨਜ਼ਦੀਕ ਪੁੱਲ ਬਣ ਗਿਆ ਵੀ ਉੱਧਰੋਂ ਲੰਘ ਜਾਵਾਂਗੇ। ਹੁਣ 102 ਸਾਲ ਦੀ ਉਮਰ ਹੋ ਚੁੱਕੀ, ਮੈਨੂੰ ਆਪਣੇ ਨੇੜੇ ਬਿਠਾ ਮੰਜੇ 'ਤੇ ਬਿਠਾ ਲਿੱਤਾ। ਉਸ ਇਲਾਕੇ ਦਾ ਕਨੇਡਾ ਤੋਂ ਇੱਕ ਗੁਰਮੁਖ ਗੁਰਸਿੱਖ ਆਇਆ, ਉਹਨੇ ਬਿਲਕੁਲ 1 ਲੱਖ ਰੁਪਏ ਦਾ ਐਡਾ ਥੱਦਾ ਸਾਹਮਣੇ ਰੱਖ ਕੇ ਨਮਸਕਾਰ ਕੀਤਾ। ਉਮਰ ਵਡੇਰੀ ਹੋਣ ਕਰਕੇ ਉਹਦੇ ਵੱਲ ਗਉ ਨਾਲ ਦੇਖ ਕੇ ਕਹਿਣ ਲੱਗੇ, ਗੁਰੂ ਪਿਆਰਿਓ, ਹੁਣ ਅਸੀਂ ਕੋਈ ਇਮਾਰਤ ਨਹੀਂ ਬਣਾ, ਇੱਥੇ ਕੋਈ ਹੁਣ ਸੇਵਾ ਨਹੀਂ ਚੱਲ, ਇਸ ਲਈ ਇਹ ਸਾਰਾ ਕੁਝ ਉਠਾ ਕੇ ਆਪਣੇ ਪਾਸ ਸੰਭਾਲ ਰਵੋ। ਸਭ ਕੁਝ ਸੰਗਤਾਂ ਨੇ ਹੀ ਕਰਨਾ ਹੁੰਦਾ ਹੈ। ਜਦੋਂ ਅਸੀਂ ਕੋਈ ਸੇਵਾ ਇੱਥੇ ਆਰੰਭ ਕਰਾਂਗੇ ਉਦੋਂ ਤੁਹਾਡੇ ਤੋਂ ਜ਼ਰੂਰ ਲੈ ਲਵਾਂਗੇ, ਪਰ ਹੁਣ ਨਹੀਂ।
ਉਹ ਵਿਚਾਰਾ ਪਾਣੀਓ ਪਾਣੀ ਹੋ ਗਿਆ, ਉਹ ਕਿਵੇਂ ਉਠਾਵੇ? ਮੈਨੂੰ ਫਰਮਾਇਓ ਨੇ ਇਹ ਸਭ ਕੁਝ ਉਠਾ ਕੇ ਇਹਨਾਂ ਨੂੰ ਸੌਂਪ ਦਿਓ, ਜਦੋਂ ਜ਼ਰੂਰਤ ਹੋਵੇਗੀ ਲੈ ਲਵਾਂਗੇ। ਇਹ ਸਭ ਕੁਝ ਅੱਖੀਂ ਦੇਖਦੇ ਹਾਂ ਪਿਆ ਲੱਖੋ ਪਿੰਡਰਮ ਬਾਬਾ ਜੀ ਜਿਨ੍ਹਾਂ ਦਾ ਦਿਨ ਮਨਾ ਰਹੇ, ਦੋਨਾਂ ਮਹਾਂਪੁਰਸ਼ਾਂ ਦਾ ਜ਼ਿਕਰ ਕਰ। ਬਾਬਾ ਵੀਰ ਸਿੰਘ ਸਾਹਿਬ ਨੂੰ ਜਿਹੜੇ ਲੋਕ ਰਾਵਲ ਪਿੰਡੀ ਦੇ ਨੇ, ਇਲਾਕੇ ਦੇ ਨੇ, ਉਹ ਜਾਣਦੇ ਨੇ। ਗੁਰੂ ਕੁਲ ਵਿੱਚੋਂ ਬੇਦੀ ਸਾਹਿਬ ਬਾਬਾ ਖੇਮ ਸਿੰਘ ਸਾਹਿਬ, ਬਾਬਾ ਖੇਮ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਦੇ ਪੋਤਰੇ ਸਨ। ਪਰਿਵਾਰ ਦਾ ਜਾਇਦਾਦ ਦੇ ਮਾਮਲੇ ਵਿੱਚ ਟਕਰਾਵ ਹੋਣ ਕਾਰਨ ਬਾਬਾ ਵੀਰ ਸਿੰਘ ਸਾਹਿਬ ਜੀ ਛੋਟੇ ਸਨ, ਬਾਬਾ ਖੇਮ ਸੀ, ਉਹਨਾਂ ਨੂੰ ਗੋਦ ਉਠਾ ਕੇ ਲੈ ਆਏ ਵੀ ਪਰਿਵਾਰ ਵਿੱਚ ਝਗੜਾ ਨਾ। ਉਹ ਰਾਵਲ ਪਿੰਡੀ ਕਲਰ ਦੇ ਇਲਾਕੇ ਵਿੱਚ ਟਿੱਕੇ, ਥੋੜ੍ਹੇ ਥੋੜ੍ਹੇ ਵਡੇਰੇ ਹੁੰਦੇ ਗਏ। ਬਾਬਾ ਜੀ ਦਾ ਬਹੁਤ ਸਤਿਕਾਰ ਕਰਦੇ ਸਨ ਕਿਉਂਕਿ ਉਹ ਇੱਕ ਪੱਖ ਹੈ, ਉਹ ਇੱਕ ਪੱਖ ਹੈ। ਗੁਰੂ ਸਾਹਿਬਾਨ ਨੇ ਆਪਣੀ ਬਖਸ਼ਿਸ਼ ਆਪਣੇ ਪੁੱਤਰਾਂ ਦੀ ਬਜਾਏ ਸੇਵਾ ਕਰਨ ਵਾਲਿਆਂ ਨੂੰ ਦਿੱਤੀ। ਬਾਬਾ ਸਾਹਿਬ ਸਿੰਘ ਜੀ ਨੇ ਆਪਣੇ ਪੁੱਤਰਾਂ ਦੀ ਬਜਾਏ ਸਾਰੀ ਬਖਸ਼ਿਸ਼ ਬਾਬਾ ਵੀਰ ਸਿੰਘ ਸਾਹਿਬ ਜੀ ਨੂੰ ਕਰ ਦਿੱਤੀ। ਔਰ ਮੈਨੂੰ ਮਾਣ ਵੀ ਹੈ ਕਿ ਉਹ ਸਾਡੇ ਪੜਦਾਦਾ ਜੀ ਦੇ ਦੋਹਤਰੇ ਸਨ। ਪਿਆਲਾ ਖੂਸ ਸਾਡੇ ਪੜਦਾਦਾ ਜੀ ਦੇ ਬਾਬਾ ਵੀਰ ਸਿੰਘ ਸਾਹਿਬ ਦੋਹਤਰੇ ਸਨ। ਮਾਤਾ ਧਰਮ ਕੌਰ ਜੀ ਬਾਬਾ ਵੀਰ ਸਿੰਘ ਜੀ ਦੇ ਮਾਤਾ ਜੀ ਉਹਨਾਂ ਦੀ ਬੇਟੀ ਸਨ। ਪਿਆਲਾ ਖੂਸ ਬੇਨਤੀ ਕਰ ਰਹੇ ਸਾਂ, ਬਖਸ਼ਾਂ ਕੀਤੀਆਂ ਅਤੇ ਬਾਬਾ ਖੇਮ ਸਿੰਘ ਜੀ ਨੂੰ ਤਾਂ ਇੱਕ ਤਰ੍ਹਾਂ ਬਾਬਾ ਵੀਰ ਸਿੰਘ ਜੀ ਨੇ ਹੀ ਬਚਾਇਆ ਸੰਭਾਲਿਆ, ਨਹੀਂ ਤਾਂ ਟਕਰਾਓ ਵਿੱਚ ਨੁਕਸਾਨ ਤਾਂ ਦੋਨਾਂ ਪਾਸਿਆਂ ਤੋਂ ਹੁੰਦਾ। ਕਿਤੇ ਵੀ ਹੋਵੇ, ਪਿਤਾ ਪੁੱਤਰ ਦਾ ਹੋਵੇ, ਭਰਾ ਭਰਾ ਦਾ ਹੋਵੇ, ਭੈਣ ਭਰਾ ਦਾ ਹੋਵੇ। ਆ ਮਲੋੜ ਦੇ ਨਜ਼ਦੀਕ ਇੱਕ ਪਿੰਡ ਹੈ ਕਬਰ ਵਾਲਾ, ਮੇਨ ਰੋਡ ਦੇ ਉੱਪਰ ਹੈ। ਪਾਕਿਸਤਾਨ ਵਿੱਚੋਂ ਆਏ ਹੋਏ ਵੱਡੇ ਵੱਡੇ ਰਾਈਸ ਸਰਦਾਰ ਉੱਥੇ ਆਬਾਦ ਹੋਏ ਨੇ, ਜਿਨ੍ਹਾਂ ਵਿੱਚ ਕਈ ਵੱਡੇ ਬਾਬਾ ਜੀ ਦੇ ਸ਼ਰਧਾਲੂ ਵੀ ਸਨ। ਉੱਥੇ ਇੱਕ ਭੈਣ ਨੇ ਆਪਣੇ ਭਰਾ ਦੇ ਸਿਰ ਡਾਂਗ ਮਾਰੀ, ਉਹਦੀ ਉੱਥੇ ਹੀ ਮੌਤ ਹੋ। ਪਰ ਅੱਛੇ ਲੋਕ ਵੀ ਹੁੰਦੇ ਨੇ, ਬਹਿਨੋਈ ਨੇ ਉਹਦੇ ਹਸਬੈਂਡ ਨੇ ਜਾ ਕੇ ਥਾਣੇ ਤਲਾ ਦਿੱਤੇ, ਪਤਨੀ ਨੇ ਭਰਾ ਦੇ ਸਿਰ 'ਚ ਡਾਂਗ ਮਾਰ ਕੇ ਖਤਮ ਕਰ ਦਿੱਤਾ ਜਾਇਦਾਦ ਦੇ ਮਾਮਲੇ ਵਿੱਚ, ਪਰ ਉਹਦੇ ਪਤੀ ਨੇ ਜਾ ਕੇ ਥਾਣੇ ਰਿਪੋਰਟ ਕਰਾਈ। ਤੋ ਬੇਨਤੀ ਕਰ ਰਹੇ ਸਾਂ, ਬਾਬਾ ਖੇਮ ਸਿੰਘ ਜੀ ਜਦੋਂ ਛੋਟੇ ਥੋੜ੍ਹੇ ਵੱਡੇ ਹੋਏ ਤਾਂ ਉਹਨਾਂ ਨੇ ਬਾਬਾ ਵੀਰ ਸਿੰਘ ਜੀ ਨੂੰ ਅਰਜ਼ ਕੀਤੀ, ਬਾਬਾ ਜੀ ਮੈਨੂੰ ਅੰਮ੍ਰਿਤ ਛਕਾ ਦਿਓ। ਬਾਬਾ ਜੀ ਕਹਿਣ ਲੱਗੇ, ਫਰਮਾਇਓ ਨੇ ਕਿ ਪਹਿਲਾਂ ਕੱਚੀ ਰਹਿਤ ਰੱਖੋ ਸਾਲ ਭਰ, ਅੰਮ੍ਰਿਤ ਛਕੇ ਤੋਂ ਬਿਨਾਂ ਪੰਜ ਕਾਰ ਦੇ ਧਾਰਨੀ ਹੋ ਕੇ ਰਹਿਤ ਮਰਿਆਦਾ ਦਾ ਪਾਲਣ ਕਰਨਾ, ਇਹਨੂੰ ਕਹਿੰਦੇ ਨੇ ਕੱਚੀ ਰਹਿਤ ਮਰਿਆਦਾ। ਮੈਨੂੰ ਕਿਉਂਕਿ ਮੈਂ ਛੋਟਾ ਸਾਂ, ਵੱਡੇ ਮਹਾਰਾਜ ਮੇਰੇ ਵਿਦਿਆ ਦਾ ਅਤੇ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਮੈਨੂੰ ਵੀ ਇੰਝ ਸਿਖਾਇਆ, ਬੁਝੰਗ ਗਿਆ ਅਜੇ ਤੂੰ ਛੋਟਾ ਹੈ ਸਾਲ ਭਰ ਕੱਚੀ ਰਹਿਤ, ਅਤੇ ਅਸੀਂ ਛੋਟੇ ਸਾਂ, ਹਮਨੇ ਵੀ ਅੰਮ੍ਰਿਤ ਛਕਣਾ ਹੈ, ਹਮਨੇ ਵੀ ਅੰਮ੍ਰਿਤ ਛਕਣਾ। ਤੂੰ ਕੱਚੀ ਰਹਿਤ ਪੂਰੀ ਮਰਿਆਦਾ ਰੱਖੀ, ਸਾਲ ਬਾਅਦ ਫਿਰ ਅੰਮ੍ਰਿਤ ਛਕਾਇਆ। ਆਹ ਜਿਹੜਾ ਮੇਰਾ ਨਾਮ ਤੁਸੀਂ ਸਾਰੇ ਜਾਣਦੇ ਹੋ, ਇਹ ਮਹਾਰਾਜ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਰੱਖਿਆ ਹੈ, ਪ੍ਰਭ ਕੀ ਸਰਨ ਸਗਲ ਪਹਿਲਾ ਇਸ ਹੁਕਮਨਾਮੇ ਤੋਂ। ਤੋ ਬੇਨਤੀ ਕਰ ਰਹੇ ਸਾਂ, ਬਾਬਾ ਜੀ ਨੂੰ ਕਹਿਣ ਲੱਗੇ ਜੀ ਮੈਂ ਵੀ ਅੰਮ੍ਰਿਤ ਛਕਣਾ, ਮੈਨੂੰ ਵੀ ਅੰਮ੍ਰਿਤ ਛਕਾਓ। ਤਾਂ ਬਾਬਾ ਵੀਰ ਸਿੰਘ ਜੀ ਨੇ ਫਰਮਾਇਆ, ਬੇਦੀ ਸਾਹਿਬ ਗੁਰੂ ਕੁਲ ਵਿੱਚੋਂ ਹੋ, ਕੀ ਭੇਟਾ ਦਿਓਗੇ? ਬਾਬਾ ਖੇਮ ਸਿੰਘ ਜੀ ਨੇ ਬੇਨਤੀ ਕੀਤੀ, ਜੀ ਜੋ ਤੁਸੀਂ ਹੁਕਮ ਕਰੋ। ਤਾਂ ਉਸ ਵੇਲੇ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਫਰਮਾਇਆ, ਜਪਜੀ ਸਾਹਿਬ ਦੇ ਰੋਜ਼ 21 ਪਾਠ ਦਾ ਨਿਤਨੇਮ ਕਰਨਾ ਇਹ ਅੰਮ੍ਰਿਤ ਦੀ ਭੇਟਾ ਹੈ। ਬਾਬਾ ਸਾਹਿਬ ਸਿੰਘ ਜੀ ਦੇ ਜੀਵਨ ਵਿੱਚ ਲਿਖਿਆ ਹੈ ਕਿ ਅੰਮ੍ਰਿਤ ਵੇਲੇ ਦਰਸ਼ਨੀ ਦਿਉੜੀ ਦਾ ਦਰਵਾਜ਼ਾ ਬੰਦ ਕਰਵਾ ਦਿੰਦੇ ਸਨ ਅਤੇ ਹੁਕਮ ਹੁੰਦਾ ਸੀ ਜਦੋਂ ਤੱਕ ਮੈਂ ਦਰਵਾਜ਼ਾ ਨਾ ਖੋਲ੍ਹਾਂ ਕਿਸੇ ਨੇ ਦਰਵਾਜ਼ੇ ਨੂੰ ਹੱਥ ਨਾ ਲਾਉਣਾ।
ਜਦੋਂ ਉਹ ਪਾਠ ਸੰਪੂਰਨ ਹੋ ਜਾਣੇ, ਅਰਦਾਸ ਕਰਨੀ, ਫਿਰ ਆਪ ਦਰਵਾਜ਼ਾ ਖੋਲ੍ਹਣਾ ਅਤੇ ਸੰਗਤਾਂ ਨੇ ਦਰਸ਼ਨ ਕਰਨੇ। ਪਿੰਡਰਾਂ ਦੀ ਟਕਸਾਲ ਵਿੱਚ ਸਭ ਤੋਂ ਪਹਿਲਾਂ ਸੰਤ ਹਰਬਖਸ਼ ਸਿੰਘ ਜੀ, ਰਾਜਪੁਰੇ ਦੇ ਬੈਕ ਸਾਈਡ 'ਤੇ ਪਿੰਡ ਹੈ ਹਰਪਾਲਪੁਰ, ਉਹਨਾਂ ਨੇ ਕੀਤੇ। ਮੈਂ ਉਹਨਾਂ ਦੇ ਬਹੁਤ ਦਰਸ਼ਨ ਕੀਤੇ ਅਤੇ ਇੱਕ ਵਾਰੀ ਅਰਜ਼ ਕੀਤੀ ਸੀ, ਆ ਜਪਾ ਜਾਪ ਲੋਕ ਪੁੱਛਦੇ ਨੇ ਮਹਾਰਾਜ। ਹੁਣ ਕਹਿਣ ਲੱਗੇ ਭੁਜੰਗੀਆ, ਮੈਂ ਨਾਮ ਹੀ ਉੱਠਣਾ ਚਾਹਾਂ। ਠੀਕ 2 ਵਜੇ ਆਪਣੇ ਆਪ ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਮੈਂ ਆਪ ਉੱਠ ਖਲੋਂਦਾ ਹਾਂ। ਹੁਣ ਵੀ 60-70 ਜਪਜੀ ਸਾਹਿਬ ਦੇ ਪਾਠ ਮੈਂ ਨਾਮ ਹੀ ਕਰਨਾ ਚਾਹਾਂ ਤਾਂ ਵੀ ਆਪਣੇ ਆਪ ਹੋਈ ਜਾਂਦਾ। ਉਹ ਜ਼ਿਆਦਾਤਰ ਉਹਨਾਂ ਦਾ ਮੁੱਖ ਬੰਦ ਰਹਿੰਦਾ। ਇਹ ਘਾਲਣਾ ਨਾਲ ਚੀਜ਼ਾਂ ਆਉਂਦੀਆਂ ਨੇ। ਮੈਂ ਅਰਜ਼ ਕਰ ਰਿਹਾ ਸਾਂ ਮਹਾਂਪੁਰਸ਼ਾਂ ਦਾ, ਉਹਨਾਂ ਤੋਂ ਬਾਅਦ ਜਪਜੀ ਸਾਹਿਬ ਦਾ 125,000 ਪਾਠ, 108 ਪਾਠ ਰੋਜ਼ ਕਰੀਏ ਤਾਂ 3 ਸਾਲ 3.5 ਸਾਲਾਂ 'ਚ ਹੁੰਦਾ। ਸ਼੍ਰੀਮਾਨ ਮੌਜੂਦਾ ਪਿੰਡਰਾਂ ਦੀ ਟਕਸਾਲ ਨਾਮ ਲੈਣ ਵਾਲੇ ਤਾਂ ਬਹੁਤ ਨੇ। ਮੈਂ ਦਿੱਲੀ ਵਿੱਚ ਰਹਿੰਦਾ, ਮੈਂ ਵੀ ਕਹਿਣ ਲੱਗ ਪਵਾਂ ਅਖਬਾਰਾਂ ਨੂੰ ਪੈਸੇ ਦੇਵਾਂ, ਪਰ ਅਸਲ ਜੋ ਟਕਸਾਲ ਦੇ ਵਾਰਸ ਨੇ, ਜਿਨ੍ਹਾਂ ਦੇ ਜੀਵਨ ਵਿੱਚ ਉਹ ਟਕਸਾਲ ਦੇ ਆਦਰਸ਼ ਨੇ, ਸਿਧਾਂਤ ਨੇ, ਉਹ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਨੇ। ਪਿਆਲਾ ਖੂਹ ਉਹਨਾਂ ਨੇ ਕੀਤਾ ਅਤੇ ਉਹਨਾਂ ਤੋਂ ਬਾਅਦ ਮਹਾਰਾਜ ਦੇ ਵਿਦਿਆਰਥੀ ਸਨ ਪ੍ਰੇਮੀ ਜੀ, ਉਹ ਉਹਨਾਂ ਦੇ ਸਮਾਨ ਹੋ ਚੁੱਕੇ ਸਨ। ਸੰਤ ਜਰਨੈਲ ਸਿੰਘ ਜੀ ਉਹਨਾਂ ਦੇ ਵਿਦਿਆਰਥੀ ਸਨ। ਉਹਨਾਂ ਨੇ ਫਰਮਾਇਆ, ਜਰਨੈਲ ਸਿਆਂ ਕੁਝ ਮੰਨਣਾ ਹੈ ਤਾਂ ਜਪਜੀ ਸਾਹਿਬ ਦਾ 125,000 ਪਾਠ ਕਰ। ਸੋ ਸੰਤ ਜਰਨੈਲ ਸਿੰਘ ਜੀ ਆਪਣੀ ਕਿਰਤ ਕਮਾਈ ਖੇਤੀ ਕਰਦਿਆਂ ਹੋਇਆਂ ਜਪਜੀ ਸਾਹਿਬ ਦਾ 125,000 ਪਾਠ ਕੀਤਾ। ਫਿਰ ਬਈ ਆਈਟਮ ਬੰਬ ਹੋਵੇ ਤਾਂ ਉਹ ਚੱਲੇਗਾ ਹੀ ਚੱਲੇਗਾ। ਪਿਆਲਾ ਖੋਹ ਤੋ ਬੇਨਤੀ ਕਰ ਰਹੇ ਸਾਂ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ, ਮੈਂ ਤੈਨੂੰ ਆਪਣਾ ਰੂਪ ਹੀ ਕਰਨਾ ਚਾਹੁੰਦਾ ਸਾਂ। ਗੁਰੂ ਨਾਨਕ ਦੇਵ ਜੀ ਦੀ ਗੁਰਿਆਈ ਗੱਦੀ ਦੀ ਬਖਸ਼ਿਸ਼ ਕਰਨਾ ਚਾਹੁੰਦਾ ਸਾਂ, ਪਰ ਤੇਰੀ ਇੱਛਾ ਹੋਈ ਏ ਸੁਨਹਿਰੀ ਕਾਠੀ ਦੇ ਘੋੜੇ ਵਾਲੀ, ਜਾਂ ਤੈਨੂੰ ਉਹ ਵੀ ਦਿੱਤਾ, ਕਿਰਪਾਨ ਵੀ ਦਿੱਤੀ। ਜਦੋਂ ਤੱਕ ਸਰੀਰ ਹੈ ਉਦੋਂ ਤੱਕ ਵੱਖਰਾ ਰਹੇਗਾ, ਜਦੋਂ ਸਰੀਰ ਦਾ ਤਿਆਗ ਕਰੇਗਾ ਮੇਰੇ ਵਿੱਚ ਆ ਕੇ ਸਮਾ ਜਾ। ਜੇ ਸਹੀ ਤੌਰ 'ਤੇ ਕੋਈ ਨਿਰਪੱਖ ਨਿਰਣਾ ਕਰੇ ਤਾਂ ਦਿੱਲੀ ਵਿੱਚ ਭਾਈ ਸਾਹਿਬ ਭਾਈ ਸਵਰਨ ਸਿੰਘ ਜੀ ਵਰਗੇ ਸ਼ੁੱਧ ਪਾਠੀ 5 ਮਿਲਣੇ ਵੀ ਔਖੇ ਹੋਣਗੇ। ਜਿੱਥੇ ਉਹ ਅਖੰਡ ਪਾਠ ਕਰਦੇ ਸਨ ਜਾਂ ਸੰਪਟ ਪਾਠ ਕਰਦੇ ਸਨ, ਰੰਗ ਬੰਨਦੇ ਸਾਂ। ਅਸੀਂ ਪਿੰਡਰਾਂ ਵਾਲਿਆਂ ਦੇ ਵਿਦਿਆਰਥੀ ਹਾਂ, ਇੱਧਰੋਂ ਦੂਰ ਹੀ ਰਹਿੰਦੇ ਸਾਂ, ਪਰ ਸਾਨੂੰ ਉਹਨਾਂ ਨੇ ਹੀ ਸਮਾਗਮ ਅਤੇ ਸੰਪਟ ਪਾਠ ਕਰਨ ਦਾ ਆਰੰਭ ਕੀਤਾ। ਕਿਤਨਾ ਸਮਾਂ ਕਰਦੇ ਰਹੇ ਪਿਆਲਾ ਖੋਹ। ਔਰ ਇਹ ਗੁਰਬਾਣੀ ਦੇ ਸ਼ੁੱਧ ਪਾਠ ਦਾ ਪ੍ਰਤਾਪ ਹੈ। ਭਾਈ ਰਣਜੀਤ ਸਿੰਘ ਜੀ ਪੂਰੇ ਹੋ ਗਏ, ਉਹਨਾਂ ਦੇ 3 ਬੇਟੇ 84 ਦੇ 5 ਨਵੰਬਰ ਨੂੰ ਖਤਮ ਹੋ ਗਏ, ਜਿਉਂਦੇ ਜਲਾ ਦਿੱਤੇ ਗਏ, ਪਰ ਉਹਨਾਂ ਦਾ ਕੋਈ ਸਾਲਾਨਾ ਸਮਾਗਮ ਨਹੀਂ ਕਰਦਾ। ਮੇਰੇ ਵੱਡੇ ਗੁਰਭਾਈ, ਮੈਂ ਅਗਰ ਕਿਸੇ ਦੀ ਕੁਝ ਨਕਲ ਕੀਤੀ ਹੈ ਜਾਂ ਕਿਸੇ ਦਾ ਕੁਝ ਪ੍ਰਾਪਤ ਕੀਤਾ ਤਾਂ ਉਹ ਸਨ ਮਹਾਰਾਜ ਜੀ ਦੇ ਬਹੁਤ ਪਿਆਰੇ ਸਤਿਕਾਰਯੋਗ ਗਿਆਨੀ ਗੁਰਦੀਪ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ। ਬਾਹਰਲੇ ਮੁਲਕਾਂ 'ਚ ਜੋ ਕਥਾ ਦੀ ਪ੍ਰਚਲਿਤਤਾ ਹੈ ਇਹ ਉਹਨਾਂ ਦੀ ਕਥਾ ਤੋਂ ਸ਼ੁਰੂ ਹੋਈ। ਮੈਂ ਉਹਨਾਂ ਨੂੰ ਸਿੱਖਾਂ ਵਿੱਚ 1 ਨੰਬਰ ਦਾ ਕਥਾਕਾਰ ਮੰਨਦਾ ਹਾਂ। ਰਣੀਸ਼ ਦੀਆਂ ਟੇਪਾਂ ਸੁਣ ਕੇ ਸੁਣਾਉਣ ਵਾਲੇ ਕਥਾਕਾਰ ਨਹੀਂ ਹਨ, ਕਥਾ ਹੋਰ ਚੀਜ਼ ਏ, ਲੈਕਚਰ ਹੋਰ ਚੀਜ਼। ਬੇਨਤੀ ਕਰ ਰਿਹਾ ਸਮੇਂ, ਅਗਰ ਕੁਝ ਕਿਸੇ ਤੋਂ ਕੋਈ ਅੰਸ਼ ਲਈਏ ਤਾਂ ਸਿਰਫ ਉਹ ਇੱਕੋ ਵਿਦਵਾਨ ਗਿਆਨੀ ਗੁਰਦੀਪ ਸਿੰਘ ਜੀ, ਜਿਨ੍ਹਾਂ ਨੂੰ ਮਹਾਰਾਜ ਸੰਤ ਸੁਜਾਨ ਸਿੰਘ ਜੀ ਬਹੁਤ ਪਿਆਰ ਕਰਦੇ ਸਨ। ਪਿਆਲਾ ਖੋਸ ਸਿਆਸੀ ਲੋਕ ਮਹਾਰਾਜ ਜੀ ਦੇ ਪਾਸ ਆਏ, ਗੁਰੂ ਸਾਹਿਬ ਦੇ ਸੰਬੰਧ ਵਿੱਚ ਬਹੁਤ ਕੁਝ ਗਲਤ ਕਿਹਾ ਜਾਂਦਾ ਤੋ ਸਿਆਸੀ ਲੋਕ ਉਹਨੂੰ ਸਿਆਸੀ ਰੰਗ ਦੇਣ ਲਈ ਮਹਾਰਾਜ ਜੀ ਨੂੰ ਵੀ ਸ਼ਾਮਿਲ ਕਰਨਾ ਚਾਹੁੰਦੇ ਸਨ। ਮਹਾਰਾਜ ਨੇ ਇਨਕਾਰ ਕਰ ਦਿੱਤਾ। ਮਹਾਰਾਜ ਸੰਤ ਸੁਜਾਨ ਸਿੰਘ ਅਸੀਂ ਦੇਖਿਆ ਹੈ, ਅੱਜ ਕੱਲ੍ਹ ਤਾਂ ਲੋਕ ਪਿੰਡਰਾਂ ਦੇ ਨਾਮ 'ਤੇ ਇਲੈਕਸ਼ਨਾਂ ਲੜ ਰਹੇ ਨੇ, ਲੜੀਆਂ ਗਈਆਂ ਨੇ,
ਅਪੀਲਾਂ ਕੀਤੀਆਂ ਗਈਆਂ ਨੇ, ਪਰ ਅਸੀਂ ਦੇਖਿਆ ਛੋਟੇ ਛੋਟੇ ਸਾਂ, 7-8 ਸਾਲ ਦੇ, ਸਰਦਾਰ ਪ੍ਰਤਾਪ ਸਿੰਘ ਜੀ ਕਹਿ ਰਹੇ 3 ਵਾਰ ਦਰਸ਼ਨ ਦੀਦਾਰ ਕਰਨ ਆਏ, ਜਿੰਨੀ ਦੂਰ ਆ ਦਰਵਾਜ਼ਾ ਇੰਨੀ ਦੂਰੋਂ ਵਾਪਸ ਕਰ ਦਿੰਦੇ ਸਨ। ਹੁਣ ਵੀ ਉਹੀ ਪਰੰਪਰਾ ਹੈ। ਕਿਸੇ ਵੀ ਪਾਰਟੀ ਦਾ ਕੋਈ ਆਗੂ ਜਾਵੇ, ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਆਗਿਆ ਨਹੀਂ ਦਿੰਦੇ। ਉਹ ਕਹਿੰਦੇ ਨੇ ਵੱਡਿਆਂ ਦੀ ਮਰਿਆਦਾ ਨੇ, ਧਰਮ ਵਾਸਤੇ ਦੀ ਕੋਈ ਵਿਚਾਰ ਕਰਨੀ ਹੈ ਤਾਂ ਜੀ ਸਰ ਇਸ ਵਾਸਤੇ ਨੇ, ਉਹੀ ਪਰੰਪਰਾ ਉਹੀ ਮਰਿਆਦਾ। 3 ਵਾਰ ਸਰਦਾਰ ਜੀ ਆਏ, ਇੰਨੀ ਦੂਰੋਂ ਵਾਪਸ ਕਰ ਦਿੰਦੇ ਸਨ। ਤੋ ਬੇਨਤੀ ਕਰ ਰਹੇ ਸਾਂ, ਵਿਚਾਰ ਕਰ ਰਹੇ ਸਾਂ, ਜਹਿਦਾ ਰਛਪਾਲ ਸਿੰਘ ਜੀ ਨੇ ਸੋਚਿਆ ਵੀ ਮਹਾਰਾਜ ਨੂੰ ਕੌਣ ਲਿਆ ਸਕਦਾ ਹੈ, ਤਾਂ ਉਹ ਗਿਆਨੀ ਗੁਰਦੀਪ ਸਿੰਘ ਜੀ ਹੋਣਾ। ਉਹ ਆਏ, ਗੁਰੂ ਪਰਮੇਸ਼ਵਰ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕੀਤਾ ਕਿ ਕੁਝ ਅਖਬਾਰਾਂ ਵਾਲਿਆਂ ਨੇ ਹਜ਼ੂਰ ਦੇ ਸੰਬੰਧ ਵਿੱਚ ਖਿਲਾਫ ਲਿਖਿਆ, ਤਾਂ ਮਹਾਰਾਜ ਸ਼ਾਮਿਲ ਹੋਏ। ਫਿਰ ਕੀ ਹਿਸਾਬ ਸੀ ਅਣਗਿਣਤ ਸੰਗਤਾਂ? ਤੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਬਾਣੀ ਦਾ ਸ਼ੁੱਧ ਪਾਠ। ਤੁਸੀਂ ਅੱਜ ਕੱਲ੍ਹ ਤਾਂ ਹਰਿਮੰਦਰ ਸਾਹਿਬ ਦੇ ਰਾਗੀ ਅੱਗੇ ਉਹ ਮੋਬਾਈਲ ਰੱਖ ਕੇ ਕੀਰਤਨ ਕਰਨ ਲੱਗ ਪਏ ਨੇ। ਕਿੱਥੇ ਭਾਈ ਚਾਂਦ, ਆਖੋ ਧੰਨ ਭਾਈ ਚਾਂਦ। ਆ ਪਿੱਛੇ 2 ਸਾਲ ਹੋਏ ਆਏ ਸਨ, ਵਡੇਰੀ ਉਮਰ ਹੋ ਗਈ। ਪੰਜਾਬੀ ਯੂਨੀਵਰਸਿਟੀ ਨੇ ਉਹਨਾਂ ਨੂੰ ਬੁਲਾਇਆ, ਉਹਨਾਂ ਦਾ ਇੰਟਰਵਿਊ ਸੀ। 80-90 ਸਾਲ ਦੇ ਨੇੜੇ ਹੋ ਕੇ ਕਹਿਣ ਲੱਗੇ, ਹੁਣ ਥੋੜ੍ਹਾ ਜਿਹਾ ਸ਼ਬਦ ਪੜ੍ਹਨ ਦਾ ਢੰਗ ਆਉਣ ਲੱਗਾ। ਅਤੇ ਆਪਾਂ ਕੀ ਕਰਦੇ ਹਾਂ, ਸਭ ਨੂੰ ਪਤਾ ਹੀ ਹੈ, ਪਿਆਲਾ ਖੂਸ ਇਹ ਗੁਟਕੇ ਇਹ ਪੋਥੀਆਂ ਭਾਈ ਮਨੀ ਸਿੰਘ ਜੀ ਨੇ ਬਾਣੀ ਕੰਠ ਕਰਨ ਵਾਸਤੇ ਦਿੱਤੇ ਸਨ, ਅੱਗੇ ਰੱਖ ਕੇ ਪੜ੍ਹਨ ਵਾਸਤੇ ਨਹੀਂ ਸਨ ਦਿੱਤੇ। ਤੋ ਜਿਨ੍ਹਾਂ ਦਾ ਅਸੀਂ ਯਾਦ ਸਮਾਗਮ ਮਨਾ ਰਹੇ ਹਾਂ, ਬਾਬਾ ਸਰਨ ਸਿੰਘ ਸਾਹਿਬ ਜੀ, ਮੈਂ ਅਰਜ਼ ਹੁਣ ਕੀਤੀ ਹੈ ਔਰ 2 ਮਿਸਾਲਾਂ ਦਿੱਤੀਆਂ ਨੇ, ਔਰ ਇਹ ਸਭ ਚੀਜ਼ਾਂ ਮੈਂ ਪੜ੍ਹੀਆਂ ਨੇ। ਕੋਈ ਪੁੱਛੇ ਵੀ ਕਿੱਥੇ ਹੈ ਉਹ ਸਫ਼ਾ ਪੰਨਾ ਸਭ ਦੱਸਾਂਗੇ। ਪਿਆਲਾ ਖੂਸ ਕਿ ਮਹਾਰਾਜ ਰਾਮ ਚੰਦਰ ਜੀ ਨੇ ਕਿਹਾ, ਬ੍ਰਹਮ ਗਿਆਨੀ ਬ੍ਰਹਮ ਬੇਤਾ ਵਿਸ਼ਿਸ਼ਟ ਵਰਗ ਮਹਾਰਾਜ ਵਰਗਾ ਨਹੀਂ। ਦਰੋਣਾਚਾਰੀਆਂ ਨੇ ਆਖਿਆ, ਸਾਡੇ ਦੇਸ਼ ਵਿੱਚ ਇਸ ਵਕਤ ਅਰਜਨ ਵਰਗਾ ਕੋਈ ਸੂਰਬੀਰ ਨਹੀਂ। ਪਰ ਇੱਕ ਮਿਸਾਲ ਦੇ ਕੇ ਖਤਮ ਕਰਦਾ ਹਾਂ। ਆਖੋ ਧੰਨ ਭਾਈ ਨੰਦ ਲਾਲ ਜੀ, ਉਹਨਾਂ ਨੇ ਜੋ ਫਾਰਸੀ ਵਿੱਚ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਦਾ ਗਾਇਨ ਕੀਤਾ, ਉੱਥੇ ਜੋਤ ਵਿਗਾਸ ਵਿੱਚ ਲਿਖਦੇ ਨੇ, ਜਿਹੜੇ ਤੀਰ ਤੁਸਾਂ ਚਮਕੌਰ ਵਿੱਚ ਚਲਾਏ ਸਨ, ਅਰਜਨ ਨੇ ਤੀਰਾਂ ਨੇ ਮਹਾਂਭਾਰਤ ਵਿੱਚ ਕੁਝ ਖੂਨ ਨਹੀਂ ਸੀ ਖੋਇਆ। ਜੋਤ ਵਿਗਾਸ ਭਾਈ ਨੰਦ ਲਾਲ ਜੀ, ਅਰਜਨ ਦੇ ਤੀਰਾਂ ਨਾਲੋਂ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਇੱਕ ਤੀਰ ਦੀ ਮਹਾਨਤਾ ਦਾ ਪ੍ਰਗਟਾਵਾ ਕਰਦਿਆਂ ਲਿਖਦੇ ਨੇ। ਕਿਉਂ? ਉਹ ਤੀਰ ਚੱਲੇ ਸਨ, ਅਰਜਨ ਦੇ ਬਾਣ ਚੱਲੇ ਸਨ ਆਪਣੇ ਰਾਜ ਦੀ ਪ੍ਰਾਪਤੀ ਲਈ, ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਚੱਲੇ ਸਨ ਹਿੰਦੂ ਧਰਮ ਦੀ ਰੱਖਿਆ ਲਈ। ਪਿਆਲਾ ਖੋ ਤੋ ਹਜ਼ੂਰ ਨੇ ਬਾਣੀ ਦਾ ਜਿਤਨਾ ਸ਼ੁੱਧ ਬਾਣੀ ਪੜ੍ਹਨ ਵਾਲਿਆਂ ਦਾ ਸਤਿਕਾਰ ਸਨਮਾਨ ਕੀਤਾ, ਅਸੀਂ ਮਹਾਂਪੁਰਸ਼ਾਂ ਨੂੰ ਦੇਖ ਰਹੇ ਹਾਂ, ਚਾਹੇ ਬਾਬਾ ਨੰਦ ਸਿੰਘ ਜੀ ਹੋਣ, ਚਾਹੇ ਪਿੰਡਰਾਂ ਵਾਲੇ ਹੋਣ, ਚਾਹੇ ਹੋਤੀ ਮਰਦਾਨ ਵਾਲੇ ਹੋਣ, ਦੂਰ ਤੇ ਨਾ ਹੋਣ। ਮੈਂ ਗਉ ਨਾਲ ਪੜ੍ਹਿਆ ਹੈ ਸੈਸ਼ਨ, ਜਦ ਭਗਤ ਸਿੰਘ ਜੀ ਨੇ ਲਿਖਿਆ ਕਿ ਬਾਬਾ ਜੀ ਨੇ ਹੁਕਮ ਕੀਤਾ ਸੀ ਮੇਰਾ ਸਰੀਰ ਜਲ ਪ੍ਰਵਾਹ ਕਰਨਾ। ਇੱਥੇ ਉਹ ਲਿਖਦੇ ਨੇ ਕਿ ਇੰਝ ਲੱਗਦਾ ਹੈ ਕਿ ਹੋਤੀ ਮਰਦਾਨ ਵਾਲਿਆਂ ਨੇ ਜੋ ਪਰੰਪਰਾ ਕਾਇਮ ਕੀਤੀ ਸੀ, ਉਸਨੂੰ ਬਾਬਾ ਨੰਦ ਸਿੰਘ ਜੀ ਨੇ ਸਾਡੇ ਸਾਹਮਣੇ ਰੱਖਿਆ, ਅਤੇ ਹੋਤੀ ਮਰਦਾਨ ਵਾਲਿਆਂ ਨੂੰ ਬਾਬਾ ਵੀਰ ਸਿੰਘ ਜੀ ਦੇ ਪਿਆਰੇ ਜੋ ਚੌਥੇ ਥਾਂ 'ਤੇ ਸਨ, ਉਹਨਾਂ ਦਾ ਨਾਮ ਸੀ ਬਾਬਾ ਰਾਮ ਸਿੰਘ ਜੀ, ਛੋਟੇ ਸਨ, ਹਾਲਾਤ ਬਹੁਤ ਕਠਿਨ ਸਨ। ਅੰਗਰੇਜ਼ ਬਾਬਾ ਵੀਰ ਸਿੰਘ ਜੀ ਦੇ ਡੇਰੇ ਦੀ ਤਲਾਸ਼ੀ ਲੈਣਾ ਚਾਹੁੰਦੇ ਸਨ, ਉਹਦੀ ਪੁੱਟ ਪੁਟਾਈ ਕਰਨਾ ਚਾਹੁੰਦੇ ਸਨ ਵੀ ਅਖੇ ਇੱਥੇ ਹਥਿਆਰ ਦੱਬੇ ਹੋਏ ਨੇ, ਅਤੇ ਬਾਬਾ ਰਾਮ ਸਿੰਘ ਜੀ ਨੇ ਇਜਾਜ਼ਤ ਤਾਂ ਦੇ ਦਿੱਤੀ, ਪਰ ਛੋਟੇ ਸਨ, ਅੰਦਰੋਂ ਘਬਰਾਉਂਦੇ ਸਨ। ਪਰ ਜਦੋਂ ਅੰਗਰੇਜ਼ਾਂ ਨੇ ਪੁੱਟ ਪਟਈਆ ਕੀਤਾ,
ਹੇਠੋਂ ਖੜਕਾ ਖੁੜਕਾ ਤਾਂ ਹੋਵੇ ਪਰ ਨਿਕਲਦੇ ਸਨ ਪੱਥਰ ਹੀ ਪੱਥਰ ਪਿਆਲਾ ਖੋ ਨਿਕਲਦੇ ਸਨ ਪੱਥਰ ਹੀ ਪੱਥਰ ਕੋਈ ਹਥਿਆਰ ਜਦੋਂ ਨਾ ਪ੍ਰਾਪਤ ਹੋਇਆ ਫਿਰ ਖਿਮਾ ਮੰਗ ਕੇ ਅੰਗਰੇਜ਼ ਜਿਹੜੇ ਬੰਦੇ ਆਏ ਸਨ ਉਹ ਵਾਪਸ ਚਲੇ ਅਤੇ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਇਹ ਆਗਿਆ ਕੀਤੀ ਸੀ ਮੇਰਾ ਸਰੀਰ ਜਲ ਪ੍ਰਵਾਹ ਉਦੋਂ ਤੋਂ ਮਹਾਂਪੁਰਸ਼ਾਂ ਵਿੱਚ ਜੋ ਬਾਬਾ ਵੀਰ ਸਿੰਘ ਜੀ ਦੀ ਪਰੰਪਰਾ ਦੇ ਵਾਰਸ ਨੇ ਹੋਤੀ ਮਰਦਾਨ ਵਾਲੇ ਹੋਣ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਹੋਣ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਹੋਣ ਕਿਉਂਕਿ ਇਹ ਸਾਰੀਆਂ ਸ਼ਖਸੀਅਤਾਂ ਹੋਤੀ ਮਰਦਾਨ ਬਾਬਾ ਕਰਮ ਸਿੰਘ ਜੀ ਤੋਂ ਵਰਸਾਏ ਅਤੇ ਬਾਬਾ ਕਰਮ ਸਿੰਘ ਜੀ ਬਾਬਾ ਵੀਰ ਸਿੰਘ ਜੀ ਦੇ ਵਰਸਾਇਆਂ ਤੋਂ ਵਰਸਾਏ ਨੇ ਉਹਨਾਂ ਦੀ ਪਰੰਪਰਾ ਦਾ ਪਾਲਣ ਕਰਦੇ ਨੇ ਅਤੇ ਸਹਾਇਤਾ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਉਹਦੇ ਤੋਂ ਬਿਨਾਂ ਕੋਈ ਸਹਾਇਕ ਨਹੀਂ ਹੁੰਦਾ ਮਾਤ ਪਿਤਾ ਸੁਤ ਬੰਧਤ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਬਿਲਾਵਲ ਮਹੱਲਾ ਪੰਜਵਾਂ 105 ਬਿਲਾਵਲ ਰਾਗ ਦੇ ਸ਼ਬਦਾਂ ਵਿੱਚ ਇਹ ਸਵੇਰ ਦਾ ਰਾਗ ਹੈ ਹਰਿਮੰਦਰ ਸਾਹਿਬ ਵਿੱਚ ਪਹਿਲੀ ਚੌਕੀ ਬਿਲਾਵਲ ਦੀ ਹੁੰਦੀ ਹੈ ਵਾਰਾਸਾ ਤੋਂ ਬਾਅਦ ਰਾਗੀ ਸਿੰਘ ਬਿਲਾਵਲ ਰਾਗ ਵਿੱਚ ਇੱਕ ਸ਼ਬਦ ਜ਼ਰੂਰ ਪੜ੍ਹਦੇ ਨੇ ਇਹ ਪਰੰਪਰਾ ਹੈ ਬਾਕੀ ਸੰਗੀਤ ਦੀਆਂ ਕੀਰਤਨ ਦੀਆਂ ਜੋ ਬਖਸ਼ਾਂ ਬਾਬਾ ਜੀ ਨੇ ਕੀਤੀਆਂ ਸਨ ਉਹ ਬੈਠੇ ਨੇ ਉਹਨਾਂ ਦੀ ਅੰਸ਼ ਬੰਸ਼ ਬੈਠੀਏ ਉਹਨਾਂ ਤੋਂ ਆਪਣੇ ਸ਼ਰਮਨ ਕਰਨਾ ਹਾਂ ਮੈਂ ਆਗਿਆ ਵੀ ਚਾਹਾਂਗਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਵੱਡਿਆਂ ਮਹਾਂਪੁਰਸ਼ਾਂ ਨੂੰ ਮੈਂ ਜਦੋਂ ਹੌਲੀ ਹੌਲੀ ਬੋਲਣ ਲੱਗਾ ਤਾਂ ਪਾਸ ਬੈਠਾ ਕੇ ਫੁਰਮਾਇਆ ਭੁਜੰਗੀਆ ਕਿਉਂਕਿ ਮੈਂ ਉਹਨਾਂ ਦਾ ਸਭ ਤੋਂ ਛੋਟਾ ਵਿਦਿਆਰਥੀ ਪਾਸ ਬੈਠਾਲ ਕੇ ਪਿੰਡਰੀ ਫੁਰਮਾਇਆ ਕਿ ਜਦੋਂ ਵੀ ਵਿਚਾਰ ਕਰਨੀ ਹੈ ਕਥਾ ਕਰਨੀ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸੱਚ ਬਿਆਨ ਕਰਨਾ ਔਰ ਕਿਸੇ ਦਾ ਭੈ ਅਤੇ ਡਰ ਗੁਰੂ ਸਾਹਿਬ ਤੋਂ ਇਲਾਵਾ ਨਹੀਂ ਮੰਨਣਾ ਤੋ ਯਤਨ ਕਰੀਦਾ ਹੈ ਗੁਰੂ ਕਿਰਪਾ ਕਰੇ ਮਿਹਰ ਕਰੇ ਪਰ ਕਈ ਚੀਜ਼ਾਂ ਨੇ ਅੱਜ ਦਾ ਸਮਾਂ ਜੋ ਤੁਹਾਡੇ ਸਾਹਮਣੇ ਜੋ ਅਖਬਾਰਾਂ ਵਿੱਚ ਰੋਜ਼ ਚਰਚਾ ਗੁਰਦੁਆਰਾ ਪ੍ਰਬੰਧ ਦੀ ਹੋ ਰਹੀ ਹੈ ਉਹ ਸਾਡਾ ਸਿਰ ਨੀਵਾਂ ਕਰਦੀ ਹੈ ਗੁਰੂ ਮਿਹਰ ਕਰੇ ਬਖਸ਼ਿਸ਼ ਕਰੇ ਅਰਜ਼ ਕੀਤੀ ਸੀ ਕਿੱਥੇ ਸਰਦਾਰ ਸਰਨ ਸਿੰਘ ਜੀ ਦੇ ਪਿਤਾ ਜਮਾਦਾਰ ਪ੍ਰਤਾਪ ਸਿੰਘ ਜੀ ਪ੍ਰਸ਼ਾਦਾ ਵੀ ਨਹੀਂ ਛਕਣਾ ਬਿਸਤਰਾ ਵੀ ਨਹੀਂ ਲੈ ਕਿੱਥੇ ਹੋਰ ਵੱਡੀਆਂ ਸ਼ਖਸੀਅਤਾਂ ਚੱਲਦੀਆਂ ਰਹੀਆਂ ਪਰ ਹੁਣ ਦਾ ਜੋ ਵਾਤਾਵਰਨ ਹੈ ਉਹ ਤੁਹਾਡੇ ਸਾਹਮਣੇ ਹੈ ਪਰ ਗੁਰੂ ਕਿਰਪਾ ਕਰੇ ਅਜੇ ਵੀ ਸਤਿਗੁਰੂ ਦੇ ਦਰੋਂ ਘਰੋਂ ਵਰਸਾਈਆਂ ਹੋਈਆਂ ਮਹਾਨ ਆਤਮਾਵਾਂ ਗੁਰਮੁਖ ਗੁਰਸਿੱਖ ਮਹਾਂਪੁਰਸ਼ ਉਹਨਾਂ ਦੀ ਪਾਲਣਾ ਕਰਦੇ ਨੇ ਬਹੁਤ ਬਹੁਤ ਧੰਨਵਾਦ ਮਹਾਰਾਜ ਜੀ ਦੇ ਅੰਸ਼ ਬੰਸ਼ ਸੰਤ ਨਰਾਇਣ ਪ੍ਰਕਾਸ਼ ਜੀ ਪਹੁੰਚੇ ਨੇ ਉਹ ਮੇਰੇ ਸਾਹਮਣੇ ਬੈਠੇ ਨੇ ਅਤੇ ਮੈਂ ਉਹਨਾਂ ਨੂੰ ਕਈ ਵਾਰੀ ਬੇਨਤੀ ਕਰਦਾ ਹੁੰਦਾ ਹਾਂ ਜਦੋਂ ਮਹਾਰਾਜ ਜੀ ਦਾ ਕੀਰਤਨ ਸੁਣੀਦਾ ਹੈ ਸਾਰਾ ਤਾਂ ਨਹੀਂ ਮੈਂ ਤਾਂ ਗੁਰਮੁਖ ਜੀ ਨੂੰ ਅਰਜ਼ ਕੀਤੀ ਸੀ ਮਹਾਰਾਜ ਜੀ ਦਾ ਜੀਵਨ ਛਪਵਾਓ ਅਤੇ ਉਹਦੇ ਵਿੱਚ ਜੋ ਜਿੰਨਾ ਉਹਨਾਂ ਨੇ ਕੀਰਤਨ ਕੀਤਾ ਹੈ ਜੋ ਕੋਈ ਸੰਗਤ ਨੂੰ ਸਰਵਨ ਕਰਵਾਇਆ ਉਹ ਵੀ ਲਿਖਿਆ ਜਾਵੇ ਤੋ ਜਦੋਂ ਵੀ ਦਰਸ਼ਨ ਹੁੰਦੇ ਨੇ ਮੈਂ ਕਹਿੰਦਾ ਹੁੰਦਾ ਮੈਨੂੰ ਆਹ ਵੀ ਲਿਖ ਦਿਓ ਮੈਨੂੰ ਆਹ ਵੀ ਲਿਖ ਕਿਉਂਕਿ ਅਸੀਂ ਗਰੀਬ ਲੋਕ ਹਾਂ ਖੇਤਾਂ ਵਿੱਚ ਸਿਲਾ ਚੁੱਕਦੇ ਨੇ ਇੱਥੇ ਵੀ ਤੁਸੀਂ ਦੇਖਦੇ ਹੋ ਜੋ ਕੋਈ ਭੋਰਾ ਮਿਲਦਾ ਹੈ ਉਹ ਚੁਗਣ ਦੀ ਕੋਸ਼ਿਸ਼ ਕਰੀਦੀ ਹੈ ਬਹੁਤ ਬਹੁਤ ਧੰਨਵਾਦ ਭਾਈ ਸਤਨਾਮ ਸਿੰਘ ਜੀ ਦਾ ਉਹ ਆਪਣੇ ਵੱਡਿਆਂ ਦੀ ਪਰੰਪਰਾ ਨੂੰ ਸੰਭਾਲੀ ਬੈਠੇ ਨੇ ਸੁੱਖ ਵੀ ਹੈ ਆ ਜਦੋਂ ਮੈਨੂੰ ਕਹਿਣ ਵਾਸਤੇ ਗਏ ਨਵੀਂ ਜੀ ਕਾਰ ਮੈਂ ਦੇਖੀ ਇਹਨਾਂ ਦੇ ਮੇਰਾ ਦਿਲ ਕਰੇ ਵੀ ਮੈਂ ਇਹ ਮੈਨੂੰ ਹੀ ਦੇ ਜਾਣ ਪਹਿਲਾਂ ਖੋਸ ਮੈਂ ਕਿਹਾ ਨਵੀਂ ਕਾਰ ਲਈ ਨੇ ਕਹਿੰਦੇ ਬਸ ਐਵੇਂ ਇਹ ਹੈ ਮੈਂ ਕਹਿ ਤਾਂ ਨਾ ਪਾਇਆ ਪਰ ਅੰਦਰੋਂ ਮੇਰੇ ਮਨ ਨੇ ਕਿਹਾ ਤੁਸੀਂ ਹੋਰ ਲੈ ਲੈਣਾ ਇਹ ਮੈਨੂੰ ਵੀ ਦੇ ਜਾਓ ਤੋ ਬੇਨਤੀ ਕਰਾਂਗਾ ਦਿੱਲੀ ਦਾ ਸੁੱਖ ਦਿੱਲੀ ਦੀ ਮਾਇਆ ਆਰਾਮ ਛੱਡ ਕੇ ਮਹਾਂਪੁਰਸ਼ ਦੇ ਹੁਕਮ ਮੁਤਾਬਕ ਮਾਵਾਂ ਦਿਆਲੂ ਹੁੰਦੀਆਂ ਮਾਤਾਵਾਂ ਬੈਠੀਆਂ ਨੇ ਉਹ ਆਪਣੇ ਬੱਚੇ ਬੱਚੀਆਂ ਦੀਆਂ ਕਮੀਆਂ ਨਹੀਂ ਸਾਹਮਣੇ ਰੱਖਦੀਆਂ ਉਹ ਬਖਸ਼ਦੀਆਂ ਨੇ
माता गुजरी जी ने महापुरश की इच्छा की पूरी करने लिए सानू फतेहगढ़ साहब मेन रोड जी टी रोड के उपर तकरीबन 13 एकड़ इतों लैके सुभाष नगर मोड़ तक लंबी चौड़ी जगह जमीन बख्शी। उत्थे 24 कमरे बन गए ने। लंगर हाल माता गुजरी जी 101 फुट लंबा 60 फुट चौड़ा इटली दी संगत ने बना दिता है। उत्थे असी 24 घंटे लंगर का प्रबंध करन दा यतन कर रहे हैं। आस्ट्रेलिया वालिया ने बुलाया सी दसम ग्रंथ की कथा लई। वो गुरुद्वारा साहब बनवा रहे ने, तकरीबन बन ही गया, फर्श पैन वाला है, फर्श शुरू करांगे। उस तो बाद महापुरश का हुक्म सी जिनी जिंदगी तुहानू गुरु महाराज देन गुरु की बाणी पढ़ा। जिन्हां ने गुरबाणी का पाठ जिवें महापुरशां ने पढ़ाया पढ़ना होवे, शाम नूं असीं 8 to 10 बजे तक पढ़ाते हैं। बच्चे बच्चियां शामिल हो सकते हैं, पर इहदे लई मेहनत करन दी जरूरत है और समां कढ़ना पैंदा है। पर इह महापुरख का हुक्म है, इस वास्ते सोचीदा है जे महापुरश का बचन मन्नांगे तां चल कम चलता रहेगा, नहीं मन्नांगे कोई तकलीफ हो जावे फिर औखा हो जांदा है। इस वास्ते समागम आ रहा है 22 सितंबर तो 29 तक, और एक संपट पाठ भाई साहब ने बाबा स्वर्ण सिंह जी ने आरंभ करवाया सी, 10 संपट आरंभ कर रहे हैं। कीर्तन भी होएगा, दोनों टाइम लंगर होएगा। कोई भी बच्ची व्याही जावे वो अपने घर नूं संवार दीए संभल दीए, पर अपने माता पिता तुनू ते नहीं ना भुला। साडा डेरा होर है भाई मल्ला सिंह साहब कलगीधर पातशाह ने जिन्हां नूं सिक्खी दे प्रचार दी मंजी बख्शी, पर विद्यार्थी ते मैं पंथ रतन संत ज्ञानी गुरबचन सिंह जी दा है। जनाब जिगर मरादी मरादाबादी दे कलाम विच इक बड़ा प्यारा शेर है जो मैं याद किया है क्योंकि मेरे मतलब दा है। उन्होंने लिखा, ये क्या कम है कि तेरा बंदा है जिगर, ये क्या कम है कि तेरा बंदा है जिगर, इसका क्या गम कि तेरे काबिल ना रहा। जनाब जिगर मरादा ते मैं कहना हुन्ना, मैनू इन्ना ही बहुत है कि तुसी अपनी कलम नाल मैनू अपना विद्यार्थी लिखिया। अपनी कलम चंगी आ, महापुरशां वड्डिया ने अपनी कलम नाल मेरा आप विद्यार्थी होण दा नाम अपनी कलम नाल 2 लाइनां लिखियां, ते मैं कहना मेरे वास्ते यही बहुत है। ताड़ी परंपरा दे वारस जो योग सन तुसी उन्हां नूं बनाया, साड़ी जिंदगी भी गुरु महाराज उन्हां नूं बख्शिश करन, पर लोग तो तुहाडा विद्यार्थी जरूर कहन। एहो ही ये क्या कम है कि तेरा बंदा है जिगर, इसका क्या गम कि तेरे काबिल ना रहा। और ये स्थान उन्हां दी याद विच उन्हां दे नाम उपर ही मैते दे सिंघां ने वो इनाम रख्या। सोधी जी ने मेन रोड दे उपर आंदियां जांदियां चरण भी पाया करो, नाले देखो कुछ हो रहा है ते सहयोग भी दिओ, क्योंकि सब कुछ संगत ने करना है। इटली और आस्ट्रेलिया दी संगत ने बहुत साथ दिता है, बहुत सहयोग दिता है, पर थोड़ा बहुत दिल्ली दी संगत भी हिस्सा पा रही है। बहुत धन्यवाद भाई साहब भाई सतनाम सिंह जी का, भाई अमरजीत सिंह जी का। ये देखो लगन है, कोई नहीं सी कहिंदा कि शाम नगर दा गुरुद्वारे दा प्रधान अमरजीत बनेगा। जिस कौम में जात पात होवे, बिरादरी वाद होवे, रिश्वत दी परमार होवे, उत्थे योग आदमियां दी कदर नहीं पैंदी। पर वो मेहनत करदे रहे, इस इलाके दे लोगां दे दुख भी सांझे हुंदे रहे। हुण उन्हां नूं इस स्थान दी गुरु साहब ने सेवा बख्शिश की, तो सबना दा आप दा भी धन्नवाद। इसलिए भी मैं करना भी तुसी गए नहीं, मैनू तो यही लगता सी पर सब कड़ा प्रसाद लैके उठ जाएंगे। संत पूरन सिंह जी नवा डेरा संतपुरा।